ਸਾਸ੍ਰੀਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮਿੰਟ ਯੂਐਸਏ ਟੀਵੀ ਪੰਜਾਬ ਫੋਕਸ ਦੇ ਵਿੱਚ ਸਵਾਗਤ ਮੈਂ ਹਾਂ ਸੰਜੀਵ ਯਸ਼ ਖੰਨਾ ਐਟ ਲਾਸਟ ਸੀਜ਼ਫਾਇਰ ਹੋ ਹੀ ਗਿਆ ਹਮਾਸ ਤੇ ਫਿਲਸਤੀਨ ਦੇ ਵਿੱਚ ਹੁਣ ਇਜ਼ਰਾਈਲ ਦੇ ਵਿੱਚ ਸ਼ਾਂਤੀ ਰਹੇਗੀ ਕਿਉਂਕਿ ਅਮਰੀਕਾ ਨੇ ਇੰਟਰਵੈਨ ਕੀਤਾ ਹੈ ਔਰ ਉਸ ਤੋਂ ਬਾਅਦ ਹੋਰ ਕਈ ਪਾਵਰਸ ਨੇ ਵੀ ਇੰਟਰਵੈਨ ਕੀਤਾ ਔਰ ਸੀਜ਼ਫਾਇਰ ਦਾ ਪ੍ਰਪੋਜ਼ਲ ਪਾਸ ਹੋ ਗਿਆ ਲੇਕਿਨ ਇਹ 4-5 ਦਿਨ ਵਾਸਤੇ ਹੈ ਲੋੜ ਪਈ ਤੇ ਹੋ ਸਕਦਾ ਹੈ ਇੱਕ ਹਫਤੇ ਤੱਕ ਚੱਲੇ ਔਰ ਇਸ ਦੌਰਾਨ ਜਿੱਥੇ ਜਿੱਥੇ ਮਨੁੱਖੀ ਸਹਾਇਤਾ ਦੀ ਲੋੜ ਹੈ ਉਹ ਸਹਾਇਤਾ ਜ਼ਰੂਰ ਪਹੁੰਚੇਗੀ ਇਸ ਤੋਂ ਪਹਿਲਾਂ ਵੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਅੰਦਰ ਵੱਖ-ਵੱਖ ਦੇਸ਼ਾਂ ਨੇ ਇਸ ਦੀ ਤਜਵੀਜ਼ ਕੀਤੀ ਸੀ ਔਰ ਅਮਰੀਕਾ ਨੇ ਆਪਣੀ ਵੀਟੋ ਪਾਵਰ ਦਾ ਇਸਤੇਮਾਲ ਵੀ ਕੀਤਾ ਸੀ ਔਰ ਗਾਜ਼ਾ ਪੱਟੀ ਦੇ ਵਿੱਚ ਮਨੁੱਖੀ ਸਹਾਇਤਾ ਪਹੁੰਚਾਉਣ ਲਈ ਉਸ ਦੀ ਹਮਾਇਤ ਵੀ ਕੀਤੀ ਸੀ ਖੈਰ ਇਸ ਸੀਜ਼ ਫਾਇਰ ਹੋਇਆ ਬਹੁਤ ਵਧੀਆ ਗੱਲ ਹੈ ਹੁਣ ਸਿਟੀਜ਼ਨਸ ਤੱਕ ਉਹ ਸਾਰੀ ਜ਼ਰੂਰੀ ਚੀਜ਼ ਪਹੁੰਚੇਗੀ ਜੋ ਉਹਨਾਂ ਨੂੰ ਚਾਹੀਦੀ ਹੈ ਹਸਪੀਟਲ ਜੋ ਬੰਦ ਹੋ ਰਹੇ ਨੇ ਉਹਨਾਂ ਵਿੱਚ ਵੀ ਇੰਦਨ ਦੀ ਔਰ ਫਿਊਲ ਦੀ ਸਾਰੀ ਦੀ ਸਾਰੀ ਕਮੀ ਪੇਸ਼ੀ ਨੂੰ ਪੂਰਾ ਕੀਤਾ ਜਾਏਗਾ पर उस तो बाद की होएगा और अमेरिका ने एक चीज़ ताकीद की है इज़राइल में भी और पूरे वर्ल्ड में भी कि हो है हमास इस सीज फायर का फायदा चुके होर ज़्यादा मजबूत होकर उभरे तो फिर अटैक करे इसराइल ने भी क्या है कि चार पाँच दिन तो बाद या हफ्ते तो बाद जो तो मुड़ तो जंग शुरू होंगी है असं हमासू सबक सिखावे सो ये सब चीज़ा टकराव की स्थिति हजे बनी हुई है और ਟੈਨਸ਼ਨਸ ਉਸੇ ਤਰ੍ਹਾਂ ਸਿਟੀਜ਼ਨਸ ਦੇ ਮਨਾਂ ਦੇ ਵਿੱਚ ਬਣੀਆਂ ਹੋਈਆਂ ਨੇ ਕਿ ਏਸੀ ਸਵਾਇਰ ਤੋਂ ਬਾਅਦ ਕੀ ਹੋਏਗਾ ਹੋਰ ਜ਼ਿਆਦਾ ਪਾਵਰਫੁਲ ਲੜਾਈ ਹੋਏਗੀ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਚਿੰਤਾ ਦਾ ਵਿਸ਼ਾ ਨੇ ਹਾਲਾਂਕਿ ਭਾਰਤ ਨੇ ਵੀ ਟੂ ਨੇਸ਼ਨਸ ਥਿਉਰੀ ਦਾ ਸਪੋਰਟ ਕੀਤਾ ਹੈ ਜੋ ਯੂਨਾਈਟਿਡ ਨੇਸ਼ਨਸ ਨੇ ਬਹੁਤ ਪਹਿਲਾਂ ਦਿੱਤੀ ਸੀ ਕਿ ਫਿਲਿਸਤੀਨ ਨੂੰ ਤੇ ਇਜ਼ਰਾਈਲ ਨੂੰ ਆਪਣਾ ਆਪਣਾ ਇਲਾਕਾ ਦੇ ਦਿੱਤਾ ਜਾਵੇ ਪਰ ਇਸ ਨੂੰ ਪ੍ਰੈਕਟੀਕਲੀ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਵੀ ਵਿਚਾਰ ਕਰਨ ਵਾਲੀ ਗੱਲ ਹੈ ਪਰ ਸੀਜ਼ ਫਾਇਰ ਹੈ ਚਲੋ ਇੱਕ ਚੰਗੀ ਗੱਲ ਹੈ ਇਹ ਸੀਜ਼ ਫਾਇਰ ਲਗਾਤਾਰ ਚੱਲੇ ਔਰ ਜੰਗਬੰਦੀ ਹਮੇਸ਼ਾ ਵਾਸਤੇ ਹੋ ਜਾਏ ਤਾਂ ਬਹੁਤ ਵਧੀਆ ਗੱਲ ਰਹੇਗੀ ਹੋਰ ਮੁੱਦੇ ਵੀ ਡਿਸਕਸ ਕਰਾਂਗੇ ਜੋ ਪੰਜਾਬ ਨਾਲ ਰਿਲੇਟਿਡ ਨੇ ਭਾਰਤ ਨਾਲ ਰਿਲੇਟਿਡ ਨੇ ਔਰ ਇਸ ਵਕਤ ਮੇਰੇ ਨਾਲ ਸਟੂਡੀਓਸ ਦੇ ਵਿੱਚ ਪੰਜਾਬ ਫੋਕਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਹਾਂਜੀ ਸੰਜੀਵ ਖੰਨਾ ਜੀ ਜਿਸ ਤਰ੍ਹਾਂ ਤੁਸੀਂ ਹੁਣੇ-ਹੁਣੇ ਆਪਣੇ ਦਰਸ਼ਕਾਂ ਨਾਲ ਸਾਂਝ ਪਾਈ ਆ ਉਹ ਇਸ ਵਿਸ਼ੇ ਤੇ ਕਿ ਜਦੋਂ ਕਿ ਇਜ਼ਰਾਈਲ ਤੇ ਹਮਾਸ ਦਾ ਇਸ ਬੜੇ ਟੱਕਰ ਸੀਗੀ ਉਹਨੂੰ ਉਹ ਬਦਲ ਗਿਆ ਜੰਗ ਬੰਦ ਵਿੱਚ ਔਰ ਉਹਦੇ ਵਿੱਚ ਯੂਨੋ ਦਾ ਬਹੁਤ ਵੱਡਾ ਰੋਲ ਹੈ ਔਰ ਅਮਰੀਕਾ ਦਾ ਵੀ ਹੈ ਔਰ ਅਮਰੀਕਾ ਤੋਂ ਬਾਅਦ ਭਾਰਤ ਨੇ ਵੀ ਇਹਦੇ ਵਿੱਚ ਚੰਗਾ ਯੋਗਦਾਨ ਪਾਇਆ ਮੋਦੀ ਸਾਹਿਬ ਨੇ ਵੀ ਬਿਆਨ ਦਿੱਤਾ ਸੀ ਕਿ ਜਿਹੜਾ ਟਕਰਾਅ ਵਾ ਦਿਨ-ਦਿਨ ਵੱਧਦਾ ਜਾ ਰਿਹਾ ਇਹ ਬੜਾ ਖਤਰਨਾਕ ਉੱਤੇ ਬੜੇ ਵੱਡੇ ਨੁਕਸਾਨ ਦੇ ਉੱਤੇ ਜਾ ਕੇ ਪਹੁੰਚੇਗਾ ਔਰ ਉਸ ਤੋਂ ਬਾਅਦ ਜਿਹੜਾ ਹੁਣ ਉਹਨਾਂ ਨੇ ਆਪਣੇ ਕੈਦੀਆਂ ਦੀ ਵੀ ਜਿਹੜੀ ਆਪਣੀ ਛਡਾਈ ਕਰ ਦਿੱਤੀ ਹੈ ਰਿਹਾਈ ਕਰ ਦਿੱਤੀ ਹੈ ਜਿਹੜੇ ਕੈਦੀ ਸੀ ਜਿਹੜੇ ਗ੍ਰਿਫਤਾਰ ਕੀਤੇ ਸੀ ਉਹ ਇਹਨਾਂ ਹਮਾਸਲੇਮ ਛੱਡਿਆ ਫਲੈਸਤੀਨੀ ਜਿਹੜੇ ਫੜੇ ਸੀ ਉਹ ਵੀ ਛੱਡ ਦਿੱਤੇ ਆ ਇਜ਼ਰਾਈਲੀ ਛੱਡ ਦਿੱਤੇ ਆ ਗਾਜ਼ਾ ਪੱਟੀ ਦੇ ਵਿੱਚ ਇਸ ਵੇਲੇ ਬਿਲਕੁਲ ਮੁਕੰਮਲ ਤੌਰ ਤੇ ਸ਼ਾਂਤੀ ਹੈ ਸੀਸਪਰ ਦਾ ਮਤਲਬ ਇੱਥੇ ਚਿੱਟੇ ਝੰਡੇ ਚੜਾ ਦਿੱਤੇ ਗਏ ਯੂਨੋ ਵੱਲੋਂ ਬਿਲਕੁਲ ਐਲਾਨ ਕਰ ਦਿੱਤਾ ਗਿਆ ਕਿ ਹੁਣ ਜੰਗਬੰਦੀ ਹੋ ਗਈ ਹੈ 4 ਦਿਨ ਦੀ ਪਰ ਜਦੋਂ ਇੱਕ ਵਰੀ ਸਿਖਰ ਤੋਂ ਜੰਗ ਥੱਲੇ ਨੂੰ ਆ ਜਾਂਦੀ ਹੈ ਜੰਗਬੰਦੀ ਆ ਕੇ ਠੰਡ ਦਾ ਜਿਹੜਾ ਸੰਦੇਸ਼ ਆ ਗਿਆ ਔਰ ਉਹਦੇ ਪਾਸੇ ਚਾਰੇ ਪਾਸੇ ਲੋਕਾਂ ਨੂੰ ਇਹ ਸ਼ਾਂਤੀ ਦਾ ਵਾਤਾਵਰਨ ਮਿਲ ਗਿਆ मेरा ख्याल है इस संवाद जिन्ने ਵੀ ਮਾਰ ਲੈ ਫੌਜੀ ਮਾਰਨੇ ਕਹਿ ਰਹੇ ਕਿ ਇਸ ਸੰਵਾਦ ਲੜਾਈ ਨਹੀਂ ਲੱਗੂਗੀ ਕਿਉਂਕਿ ਹਮਾਸ ਨੂੰ ਖੇਦੇੜ ਦਿੱਤਾ ਗਿਆ ਹਮਾਸ ਦੇ ਜਿਹੜੀ ਯੂਨਿਟੀ ਸੀ ਜਿਹੜੀ ਇੱਕਤਾ ਸੀਗੀ ਉਹਨੂੰ ਤੋੜ ਦਿੱਤਾ ਗਿਆ ਜਦੋਂ ਕਿ ਇਹਨਾਂ ਨੇ ਜਰਮਨ ਦੇ ਵਿੱਚ ਵੀ ਬਰਲਨ ਇਸ ਵਾਰ ਇਹਨਾਂ ਨੇ ਉੱਥੇ ਆਪਣੇ ਜਥੇਬੰਦੀਆਂ ਨੂੰ ਕਾਮਯਾਬ ਕੀਤਾ ਸੀਗਾ ਪਰ ਜਿਹੜਾ ਉਹ ਵਿਤਨਾਮ ਨੇ ਵੀ ਇਹਨਾਂ ਦੇ ਅਗੇਂਸਟ ਉੱਥੇ ਸਾਰੇ ਦਾ ਸਾਰਾ ਮੂਹਮ ਚਲਾਤੀ ਕੰਪੇਨ ਚਲਾਤੀ ਹੈ ਸਾਰੇ ਦੇਸ਼ ਜਿੰਨੇ ਵੀ ਲੋਕ ਨੇ ਜਿਹੜੇ ਸ਼ਾਂਤੀ ਨੂੰ ਚਾਹੁੰਦੇ ਨੇ ਉਹਨਾਂ ਨੇ ਹਮਾਸ ਦੀ ਵਿਰੋਧਤਾ ਕੀਤੀ ਹੈ। ਔਰ ਫਲਸਤੀਨ ਔਰ ਇਜ਼ਰਾਈਲ ਨੂੰ ਵੀ ਸੰਦੇਸ਼ ਭੇਜ ਦਿੱਤਾ ਕਿ ਤੁਸੀਂ ਵੀ ਉਹਦੇ ਵਿੱਚ ਜੁੜਾ ਦਖਲਅੰਦਾਜ਼ੀ ਕਰਦੇ ਜੀ। ਜਿਹੜੀ ਜਗ੍ਹਾ ਜਿਹੜੀ ਤੁਸੀਂ ਜ਼ਿਕਰ ਕੀਤਾ ਜਗ੍ਹਾ ਜਿਹੜੀ ਹੈਗੀ ਉਹਦੇ ਵੰਡਣਾਈ ਲਈ ਵੀ UN ਵਿੱਚ ਖਾਸ ਤੌਰ ਤੇ ਇੱਕ ਜਥੇਬੰਦੀ ਗਰੁੱਪ ਬਣ ਗਿਆ। ਉਹ ਵੀ ਦੂਰ ਕਰ ਦਿੱਤਾ ਜਾਊਗਾ। ਜਦੋਂ ਕਿ ਅਮਰੀਕਾ ਦਾ ਕੰਟਰੀਬਿਊਸ਼ਨ ਬਹੁਤ ਵਧੀਆ। ਹਾਲਾਂਕਿ ਉਹਨਾਂ ਹਥਿਆਰ ਤਾਂ ਦਿੱਤੇ ਸੀਗੇ। ਪਰ ਸ਼ਾਂਤੀ ਲਈ ਉੱਥੋਂ ਦੇ ਬਾਈਡਨ ਖੁਦ ਆਪ ਵੀ ਉੱਥੇ ਆਏ। ਔਰ ਉਹਨਾਂ ਦੇ ਵਿਦੇਸ਼ ਮੰਤਰੀ ਵੀ ਆਏ ਆ ਔਰ ਸਾਢੇ 2:00 ਜੈ ਸ਼ੰਕਰ ਜੀ ਉੱਤੇ ਜਾ ਕੇ ਗੱਲਬਾਤ ਕੀਤੀ ਆ ਔਰ ਮੇਰਾ ਖਿਆਲ ਆ ਕਿ ਹੁਣ ਇਸ ਤਰ੍ਹਾਂ ਅੱਗੇ ਲੜਾਈ ਨਹੀਂ ਲੱਗ ਸਕਦੀ ਨਹੀਂ ਤੇ ਇਹ ਹੌਲੀ ਹੌਲੀ ਇਸ ਲੱਬੀ ਵਾਲ ਵਾਦਗੀ ਸੀ ਕਿ ਇਹ ਵਰਲਡ ਵਾਰ ਵਾਲੇ ਪਾਸੇ ਨੂੰ ਤੁਰੀ ਜਾ ਰਹੀ ਕਿਉਂਕਿ ਬਹੁਤ ਸਾਰੇ ਦੇਸ਼ਾਂ ਨੇ ਇਨਵੋਲਵ ਹੋ ਗਏ ਇਹਦੇ ਵਿੱਚ ਔਰ ਹੋ ਸਕਦਾ ਕਿ ਭਾਰਤ ਦਾ ਜਿਹੜਾ ਇਹਦੇ ਨਾਲ ਮਿਲਣਾ ਜੁਲਣਾ ਸੀ ਉਹ ਸਿਰਫ ਸ਼ਾਂਤੀ ਵਾਲੇ ਪਾਸੇ ਸੀਗਾ ਬਹੁਤ ਦੇਸ਼ ਜਿਹੜੇ ਸੀਗੇ ਮਿਸਰ ਵੱਲੋਂ ਵੀ ਆ ਰਿਹਾ ਸੀ ایران ਵੱਲੋਂ ਵੀ ਆ ਰਿਹਾ ਸੀ ਅਤੇ ਬਾਕੀ ਦੇਸ਼ ਵੀ ਦੇ ਵਿੱਚ ਮੁਸਲਮਾਨਾਂ ਅਤੇ ਯਹੂਦੀਆਂ ਦਾ ਆਪਸੀ ਵੱਡਾ ਯੁੱਧ ਸੀ ਗਏ ਪਰ ਇਹਦੇ ਵਿੱਚੋਂ ਜਿਹੜੀ ਲੜਾਈ ਦਾ ਜਿਹੜਾ ਇਸ ਵੇਲੇ ਸੀਗਾ ਕਿ ਕਿਨਾਰਾ ਕਰ ਗਏ ਦੋਨੇ ਦੇਸ਼ ਅਤੇ ਇਹਦੇ ਵਿੱਚੋਂ ਦੂਰ ਜਾਣ ਨਾਲ ਸ਼ਾਂਤੀ ਆ ਗਈ ਹੈ ਔਰ ਇਸੇ ਤਰ੍ਹਾਂ ਦਾ ਜਿਹੜਾ ਸੰਦੇਸ਼ ਹੈ ਇਸੇ ਤਰ੍ਹਾਂ ਦੀ ਇੱਕ ਜੁਟਤਾ ਉਹ ਯੂਕਰੇਨ ਔਰ ਰਸ਼ੀਆ ਵਿੱਚ ਵੀ ਹੋਣੀ ਚਾਹੀਦੀ ਕਿਉਂਕਿ ਪਹਿਲਾਂ ਦੀ ਲੜਾਈ ਲੱਗੀ ਐ ਇਹਨੂੰ ਤਾਂ ਜੇ ਥੋੜੀ ਦੇਰ ਹੋਈ ਸੀਗੀ ਤੇ ਵਿੱਚ ਹੀ ਬੜੀ ਤਬਾਹੀ ਹੋ ਗਈ ਐ ਔਰ ਗਾਜ਼ਾ ਪੱਟੀ ਦੇ ਆਲੇ ਦੁਆਲੇ ਲੋਕਾਂ ਨੇ ਹਮਾਸ ਨੇ ਲੋਕਾਂ ਦੇ ਘਰਾਂ ਚ ਜਾ ਕੇ ਬੰਬਾਰਡਮੈਂਟ ਕੀਤੀ ਐ ਔਰ ਉੱਥੇ ਜਿਹੇ ਹਸਪਤਾਲ ਜਿਹੜੇ ਆ ਉਹਦੇ ਵਿੱਚ ਵੀ ਬੰਬਾਰਡਮੈਂਟ ਕੀਤੀ ਐ ਜਿੰਨੇ ਵੀ ਵਿਚਾਰੇ ਉੱਥੇ ਮਰੀਜ਼ ਸੀਗੇ ਪੇਸ਼ੈਂਟ ਸੀਗੇ ਉਹ ਵੀ ਬੜੇ ਤੰਗ ਹੋਏ ਬੱਚੇ ਬੁੜੇ ਵੀ ਵਿਚਾਰੇ ਰੋਂਦੇ ਸੀਗੇ ਔਰ ਜਿੰਨੀ ਰਾਤ ਸਮਗਰੀ ਸੀ ਹਮਾਸ ਨੇ ਆਪ ਖੋਈ ਜਿਹੜੀ ਯੂਨੋ ਦੀ ਸੀਗੀ ਔਰ ਜਿਹੜੇ ਜਿਹੜੇ ਵਰਲਡ ਹੈਲਥ ਆਰਗੇਨਾਈਜੇਸ਼ਨਾਂ ਉਦੇ ਉਹਦੇ ਵੀ ਉਹਨਾਂ ਨੇ ਚੀਜ਼ਾਂ ਖੋਈਆਂ ਔਰ ਪੁਕਮਾਰੀ ਜਿੱਦਾਂ ਪੈ ਜੇ ਫਿਰ ਖੁਆਮਾਈ ਹੋ ਜਾਂਦੀ ਹੈ ਹਥਿਆਰ ਵੀ ਉਹਨਾਂ ਨੇ ਬਹੁਤ ਕੋਈਆ ਜਿੱਦਾਂ ਮਨੀਪੁਰ ਦੇ ਵਿੱਚ ਵੀ ਜਾ ਕੇ ਹਥਿਆਰਾਂ ਨੂੰ ਪੈਗੇ ਸੀਗੇ ਮਨੀਪੁਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਰਫੂ ਲੱਗਦੇ ਸੀਗੇ ਔਰ ਸਾਡੇ ਦੇਸ਼ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਸੂਬੇ ਇਸ ਤਰ੍ਹਾਂ ਦਾ ਤਣਾ ਰਿਆ ਇਦਾਂ ਦਾ ਟਕਰਾ ਰਿਆ ਪਰ ਮੇਰਾ ਖਿਆਲ ਹੈ ਇਹ ਸਭ ਤੋਂ ਵੱਡੀ ਖੁਸ਼ਖਬਰੀ ਹੈ ਸਾਡੇ ਦਰਸ਼ਕਾਂ ਲਈ ਕਿ ਸ਼ਾਂਤੀ ਬਹਾਲ ਹੋ ਗਈ ਹੈ ਔਰ ਉੱਥੇ ਕੋਈ ਇਸ ਤਰ੍ਹਾਂ ਦੀ ਤਣਾ ਨਹੀਂਗਾ ਕੋਈ ਟਕਰਾ ਨਹੀਂਗਾ ਲੋਕ ਆਪਣੇ ਆਪਣੇ ਘਰਾਂ 'ਚ ਬੈਠ ਗਏ ਆ ਉਹਨਾਂ ਜੇ ਵੀ ਜਦੋਂ ਲੜਾਈ ਲੱਗਦੀ ਆ ਉਹਨੂੰ ਆਪਣੇ ਪੈਰਾਂ 'ਚ ਰੋਣ ਲਈ ਜਾਂ ਉਹਨੂੰ ਪੂਰੇ ਤਰ੍ਹਾਂ ਸਿੱਧਾ ਖੜਾ ਹੋਣ ਲਈ ਟਾਈਮ ਲੱਗਦਾ ਜਿਸ ਤਰ੍ਹਾਂ ਜਾਪਾਨ ਅਜੇ ਤੱਕ ਵੀ ਜਾਪਾਨ 'ਚ ਬੜਾ ਬੁਰਾ ਹਾਲ ਰਿਹਾ ਔਰ ਉੱਥੋਂ ਦੀ ਆਵਾਵਾ ਵੀ ਖਰਾਬ ਰਹੀ ਹੈ ਜਿਹੜੇ ਬੱਚੇ ਦੇ ਜਨਮ ਹੁੰਦੇ ਸੀ ਉਹ ਵੀ ਵਿੰਗੇ ਟੇਡੇ ਸੀ ਬੜਾ ਕੁਝ ਹੁੰਦਾ ਸੀ ਕਿਉਂਕਿ ਪਰਮਾਣੂ ਬੰਬ ਚੱਲਣ ਨਾਲ ਸਾਰੇ ਆਵਾਵਾ ਸਾਰਾ ਜੜੀ ਹਵਾਵਾ ਬਿਲਕੁਲ ਪ੍ਰਦੂਸ਼ਣ ਨਾਲ ਖਰਾਬ ਹੋ ਜਾਂਦੀ ਹੈ ਜੀ ਬਿਲਕੁਲ ਔਰ ਇਸੇ ਹੀ ਨੁਕਸਾਨ ਤੋਂ ਬਚਣ ਲਈ ਸਾਰੇ ਦੇਸ਼ਾਂ ਨੇ ਇਕੱਠਤਾ ਨਾਲ ਗੱਲ ਕਰਕੇ ਔਰ ਯੂਨੋ ਨੂੰ ਸਪਰੈਸ ਉਹਨਾਂ ਨੂੰ ਸੰਦੇਸ਼ ਦੇ ਕੇ ਕਿਹਾ ਕਿ ਤੁਸੀਂ ਹੁਣ ਜਲਦੀ ਤੋਂ ਜਲਦੀ جنگ ਬੰਦ ਕਰਾ ਦਿਓ ਔਰ ਐਕਟਿਵ ਹੋਈ ਯੂਨੋ ਨੇ ਜੜਾ ਮਿਲ ਕੇ ਉਹਨਾਂ ਨੇ ਇਹ ਸੰਯੁਕਤ ਰਾਸ਼ਟਰ ਨੇ ਇਹ ਬਹੁਤ ਵੱਡਾ ਕਾਮਯਾਬੀ ਵਾਲਾ ਜਿਹੜਾ ਕੰਮ ਕੀਤਾ ਬਹੁਤ ਵੱਡਾ ਐਗਜੈਕਟਲੀ ਔਰ ਯੂਨਾਈਟਿਡ ਨੇਸ਼ਨਸ ਦੇ ਸਾਰੇ ਫੈਸਲੇ ਮੰਨੇ ਜਾਣ ਕਿਉਂਕਿ ਇੱਕ ਜਿਹੜੀ ਜਰਨਲ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਤੇ ਫੈਸਲੇ ਹੋ ਜਾਂਦੇ ਨੇ ਔਰ ਪਰ ਜਦੋਂ ਸਪੈਸ਼ਲ ਵੀਟੋ ਪਾਵਰਸ ਪੰਜ ਮੁਲਕ ਇਸਤੇਮਾਲ ਕਰਦੇ ਨੇ ਔਰ ਕਿਤੇ ਨਾ ਕਿਤੇ ਉਹ ਗੇਮ ਨੂੰ ਆਪਣੇ ਹਿੱਸੇ ਵਿੱਚ ਆਪਣੇ ਪੱਖ ਦੇ ਵਿੱਚ ਮੋੜਨ ਦੀ ਕੋਸ਼ਿਸ਼ ਕਰਦੇ ਨੇ ਉੱਥੇ ਜਾ ਕੇ ਗਲਤੀਆਂ ਹੋ ਜਾਂਦੀਆਂ ਨੇ ਪਰ ਇੱਕ ਗੱਲ ਬਿਲਕੁਲ ਸਾਫ਼ ਹੈ ਜਦੋਂ ਤੱਕ ਆਪਣੇ ਨਿੱਜੀ ਹਿੱਤਾਂ ਤੋਂ ਉੱਤੇ ਉੱਠ ਕੇ ਨਹੀਂ ਸੋਚੋਗੇ ਉਦੋਂ ਤੱਕ ਤੁਸੀਂ ਆਪਣੇ ਦੇਸ਼ ਦੀ ਤੇ ਦੇਸ਼ ਦੇ ਲੋਕਾਂ ਦੀ ਭਲਾਈ ਕਦੀ ਵੀ ਨਹੀਂ ਕਰ ਸਕਦੇ ਅੱਗੇ ਵਧੀਆ ਆਪਾਂ ਅਮਰੀਕਾ ਵਿੱਚ ਦੂਤਾਵਾਸਤੇ ਹਮਲੇ ਦੇ ਮਾਮਲੇ ਵਿੱਚ NIA ਵੱਲੋਂ ਪੰਜਾਬ ਵਿੱਚ ਵੀ ਛਾਪੇ ਪੈ ਰਹੇ ਨੇ ਕਿਉਂਕਿ ਹਮੇਸ਼ਾ ਹਰ ਗਵਰਨਮੈਂਟ ਕਹਿੰਦੀ ਹੈ ਕਿ ਐਸੀ ਸਹਿਯੋਗ ਦਵਾਂਗੇ ਜਿਸ ਵੀ ਕੰਟਰੀ ਦੇ ਵਿੱਚ ਕੁਝ ਵੀ ਗਲਤ ਹੋਇਆ ਜਿਵੇਂ ਕੈਨੇਡਾ ਦੇ ਵਿੱਚ ਹੋਇਆ ਤੇ ਭਾਰਤ ਦੀ ਗਵਰਨਮੈਂਟ ਕਹ ਰਹੀ ਹੈ ਕਿ ਅਸੀਂ ਸਾਥ ਦਵਾਂਗੇ ਨੀਜਰ ਹੱਤਿਆਕਾਂਡ ਦੇ ਵਿੱਚ ਤੁਸੀਂ ਸਾਰੇ ਤਹਿਕੀਕਤ ਕਰੋ ਲਾਈਕਵਾਇਜ਼ ਉਸੇ ਤਰਜ਼ ਦੇ ਉੱਤੇ ਐਨਆਈਏ ਵੀ ਪੰਜਾਬ ਵਿੱਚ ਛਾਪੇ ਮਾਰਦੀ ਪਈ ਹੈ ਕਿਉਂਕਿ ਅਮਰੀਕਾ ਦੇ ਵਿੱਚ ਜਿਹੜਾ ਦੂਤਵਾਸ ਹੈ ਉੱਥੇ ਹਮਲੇ ਹੋਏ ਨੇ ਹਾਂ ਆ ਪਿਛਲੇ ਥੋੜੇ ਦਿਨਾਂ ਵਿੱਚ ਅਮਰੀਕਾ ਦੇ ਸਾਨ ਫ੍ਰਾਂਸਿਸਕੋ ਦੇ ਏਰੀਆ ਦੇ ਵਿੱਚ ਜਿਹੜਾ ਦੂਤਵਾਸ ਸੀਗਾ ਭਾਰਤ ਦਾ ਉੱਤੇ ਹਮਲਾ ਹੋਇਆ ਔਰ ਨੁਕਸਾਨ ਵੀ ਹੋਇਆ ਔਰ ਇਹਨੂੰ ਪਹਿਲਾਂ ਵੀ ਬਹੁਤ ਵਾਰੀ ਇਸ ਤਰ੍ਹਾਂ ਦੇ ਹਮਲੇ ਹੁੰ ਔਰ ਇਹਦੇ ਵਿੱਚ ਆਈਐਨਏ ਜਿਹੜੀ ਏਜੰਸੀ ਆ ਉਹਨੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪਟਿਆਲਾ ਖੰਨਾ ਲੁਧਿਆਣਾ ਔਰ ਦੋ ਚਾਰ ਹੋਰ ਜਗ੍ਹਾ ਨੇ ਜਿੱਥੇ ਪੰਜ ਥਾਵਾਂ ਤੇ ਇਮੀਡੀਏਟਲੀ ਰੇਡ ਕੀਤੇ ਆ ਔਰ ਉਹਦੇ ਵਿੱਚ ਉਹਨਾਂ ਨੇ ਕੁਝ ਬੰਦੇ ਫੜੇ ਵੀ ਆ ਔਰ ਡਾਕੂਮੈਂਟ ਜਿਹੜੇ ਜਿਆਦਾ ਸੀਗੇ ਜਿਹੜੇ ਉਹ ਸ਼ੱਕੀ ਤਰ੍ਹਾਂ ਦੇ ਸੀ ਡਾਕੂਮੈਂਟਸ ਉਹ ਦੱਸ ਸਕਦੇ ਜੀ ਉਹਨਾਂ ਨੇ ਬੜੇ ਜਾਮਤ ਕੀਤੇ ਨੇ ਬਹੁਤ ਇਨਫੋਰਮੇਸ਼ਨ ਵੀ ਮਿਲੀ ਹੈ ਔਰ ਉਹ ਇਹ ਏਜੰਸੀਆਂ ਨੇ ਛੋਟੇ ਛੋਟੇ ਜਿਹੜੀਆਂ ਜੰਸੀਆਂ ਪੰਜਾਬ ਵਿੱਚ ਖਾਸ ਤੌਰ ਤੇ ਆ ਪੂਰੀ ਇੰਡੀਆ ਵਿੱਚ ਵੀ ਬੈਠੀਆਂ ਨੇ ਔਰ ਉਦੋਂ ਪਹਿਲਾਂ ਵੀ ਇਹਨਾਂ ਨੇ ਚੰਡੀਗੜ੍ਹ ਮੁਹਾਲੀ ਬਾਕੀ ਏਰੀਆ ਚ ਵੀ ਇਹਨਾਂ ਨੇ ਇਦਾਂ ਦੇ ਛਾਪੇ ਮਾਰੇ ਸੀਗੇ ਹੁਣ ਇਹ ਜਿਹੜੀ ਗੱਲ ਉੱਥੋਂ ਉੱਭਰ ਕਿਉਂਦੀ ਅਮਰੀਕਾ ਚੋ ਉੱਥੇ ਸਾਡੇ ਐਨ ਆਰ ਆਈ ਦੋਸਤ ਭਰਾ ਬੈਠੇ ਨੇ ਉਹਨਾਂ ਦੇ ਵੀ ਬਹੁਤ ਚਿੰਤਾਜਨਕ ਇਹ ਵਿਸ਼ਾ ਬਣ ਜਾਂਦਾ ਔਰ ਬੜੀ ਟੈਨਸ਼ਨ ਹੋ ਜਾਂਦੀ ਹੈ ਕਿ ਇਸ ਤਰ੍ਹਾਂ ਦਾ ਉਹਨਾਂ ਦੇ ਦੇਸ਼ ਵਿੱਚ ਔਰ ਉਹਨਾਂ ਦੇ ਆਪਣੇ ਬੰਦੇ ਜਿਹੜੇ ਸਾਡੇ ਇੰਡੀਅਨ ਨੇ ਜਾਂ ਪੰਜਾਬੀ ਨੇ ਉਹ ਮੁੜ ਕੇ ਗ੍ਰਿਫਤਾਰ ਹੋ ਜਾਂਦੇ ਫੜੇ ਜਾਂਦੇ ਹੁਣ ਵੀ ਪੰਚਤ ਮੁੰਡੇ ਉਹਨਾਂ ਨੇ ਕੈਪਚਰ ਕੀਤੇ ਉਹਨਾਂ ਕੋ ਇਨਫਰਮੇਸ਼ਨ ਇਕੱਠੀ ਕਰ ਰਹੇ ਆ ਕਿ ਤੁਸੀਂ ਕਿੱਥੇ ਕਿੱਥੇ ਜਾ ਕੇ ਇਸ ਤਰ੍ਹਾਂ ਦਾ ਜਿਹੜਾ ਨੁਕਸਾਨ ਪਹੁੰਚਾਉਣ ਲਈ ਕੰਮ ਕਰਦਾ ਜਿਹੜਾ ਸੀਗਾ ਜਥੇ ਬੰਦੀਆਂ ਬਣਾਈਆਂ ਗਰੁੱਪ ਬਣਾਏ ਉਹਨਾਂ ਦੇ ਵਿੱਚ ਜਿਹੜੀ ਅਮਰੀਕਾ ਦੀ ਏਜੰਸੀ ਆ ਫੈਡਰਲ ਏਜੰਸੀ ਉਹਨੇ ਵੀ ਰੋਲ ਅਦਾ ਕੀਤਾ ਉਹਨਾਂ ਨੇ ਵੀ ਇਨਫਰਮੇਸ਼ਨ ਦਿੱਤੀ ਆ ਕਿ ਐਫਬੀਆ ਨੇ ਕਿ ਜਿਹੜੇ ਵੀ ਲੋਕ ਉੱਥੇ ਬੈਠੇ ਨੇ ਇੰਡੀਆ ਦੇ ਵਿੱਚ ਉਹ ਉਹਨਾਂ ਦੇ ਸੰਕੇਤ ਦਿੱਤੇ ਸੈਟਲਾਈਟ ਦੇ ਥਰੂ ਕਿ ਕਿੱਥੇ ਕਿੱਥੇ ਲੋਕਾਂ ਦੇ ਉਹ ਜਿਹੜੇ ਗਰੁੱਪ ਨੇ ਉਹਨਾਂ ਨੂੰ ਤੋੜਿਆ ਜਾਵੇ ਤਾਂ ਕਿ ਇਹ ਇਕਾਈਆਂ ਜਿਹੜੀਆਂ ਹੈਗੀਆਂ ਇਕੱਠੀਆਂ ਹੋ ਕੇ ਫਿਰ ਜੁਨਾਈਟ ਹੋ ਕੇ ਇਸ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਉਣ ਔਰ ਖਾਸ ਕਰਕੇ ਇੰਗਲੈਂਡ ਚ ਵੀ ਇਸ ਤਰ੍ਹਾਂ ਦਾ ਹੋਇਆ ਸੀਗਾ ਜਿਹੜੀ ਏਜੰਸੀ ਸਾਡੀ ਹੈਗੀ ਸੀ ਉਹਦੇ ਵਿੱਚ ਇਹਨਾਂ ਨੇ ਜਾ ਕੇ ਉੱਥੇ ਤੋੜਪਾਨ ਵੀ ਕੀਤੀ ਜਿਹਦੇ ਵਿੱਚ ਇਮੀਗ੍ਰੇਸ਼ਨ ਵਾਲੇ ਡਿਪਾਰਟਮੈਂਟ ਚ ਔਰ ਉਸੇ ਤਰ੍ਹਾਂ ਦਾ ਹੀ ਜਾਗਾਮਾ ਜਿਹੜਾ ਹੈਗਾ ਅਮਰੀਕਾ ਚ ਹੋਇਆ ਅਮਰੀਕਾ ਚ ਦੋ ਤਿੰਨ ਵਾਰੀ ਇਹਨਾਂ ਦੇ ਉੱਥੇ ਇਹ ਰੋਲੇ ਪਏ ਆ ਔਰ ਉਹ ਜਿਹੜਾ ਹੈਗਾ ਸਾਰਾ ਕੁਝ ਉਹਦੀ ਇਨਫਰਮੇਸ਼ਨ ਇਹਨਾਂ ਕੋਲ ਪਹੁੰਚ ਗਈ ਔਰ ਉਹਨਾਂ ਨੇ ਇਕੱਠੇ ਹੋ ਕੇ ਰੇਡ ਕੀਤੇ ਆ ਔਰ ਖਾਸ ਤੌਰ ਤੇ ਇਹਦੀਆਂ ਜਾਂਚ ਪਾਕੀਆਂ ਜਿਹੜਾ ਪੰਜਾਬ ਵਿੱਚ ਹੀ ਹੈਗੀਆਂ ਪੰਜ ਜਗ੍ਹਾ ਤੇ ਇਹਨਾਂ ਨੇ ਰੇਡ ਕੀਤੇ ਆ ਉਹਨਾਂ ਵਿੱਚੋਂ ਕੁਝ ਮੁੰਡੇ ਫੜੇ ਆ ਕਾਗਜ਼ ਲੈ ਕੇ ਉਹਨਾਂ ਨੇ ਜਿਹੜੇ ਉਹਨਾਂ ਦੇ ਡਾਕੂਮੈਂਟ ਸੀਗੇ ਔਰ ਮੰਡਲ ਹੈਂਡਲਿੰਗ ਦੇ ਵੀ ਆਗੇ ਜਿੱਥੇ ਪੈਸੇ ਪੂਸੇ ਵੀ ਇਧਰ ਉਧਰ ਜਾ ਰਿਹਾ ਸੀਗਾ ਉਹ ਪੈਸੇ ਦਾ ਵੀ ਕੰਮ ਕੀਤਾ ਔਰ ਇਹਨੂੰ ਕੰਟਰੋਲ ਕਰਨ ਲਈ ਪੰਜਾਬ ਗਵਰਨਮੈਂਟ ਨੂੰ ਵੀ ਥੋੜਾ ਜਿਹਾ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਇਹ ਨੈਸ਼ਨਲ ਏਜੰਸੀਆਂ ਦੇ ਵਿੱਚ ਆਉਂਦੀਆਂ ਉਹਦਾ ਰੇਡ ਕਰਦੀਆਂ ਇਹ ਪਹਿਲਾ ਰੇਡ ਨਹੀਂਗਾ ਇਦੋਂ ਪਹਿਲਾਂ ਵੀ ਬਹੁਤ ਜਗ੍ਹਾ ਤੇ ਇਸ ਤਰ੍ਹਾਂ ਦੇ ਛਾਪੇ ਲੱਗੇ ਆ ਪਰ ਉਹਨੂੰ ਰੋਕਣ ਲਈ ਪੰਜਾਬ ਗਵਰਨਮੈਂਟ ਇਹਨਾਂ ਸਹਿਯੋਗ ਨਹੀਂ ਕਰਦੀ ਪੰਜਾਬ ਪੁਲਿਸ ਨੂੰ ਚਾਹੀਦਾ ਹੈਗਾ ਇੰਟੈਲੀਜੈਂਸ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਖੁਫੀਆ ਏਜੰਸੀਆਂ ਜਿਹੜੀਆਂ ਬੈਠੀਆਂ ਨੇ ਉਹਨਾਂ ਨੂੰ ਥੋੜੀ ਬਹੁਤ ਜਾਣਕਾਰੀ ਮੁਹੱਈਆ ਕਰਨੀ ਦੇਣੀ ਚਾਹੀਦੀ ਹੈ ਕਿਉਂਕਿ ਉਹ ਜਿਹੜੀਆਂ ਏਜੰਸੀਆਂ ਹੁੰਦੀਆਂ ਉਹਨਾਂ ਨੂੰ ਟਪੋਗ੍ਰਾਫੀ ਦੇ ਏਰੀਏ ਦਾ ਇਹਨਾਂ ਨਹੀਂ ਪਤਾ ਹੁੰਦਾ ਜਿੰਨਾ ਲੋਕਲ ਪਤਾ ਹੈਗਾ ਕਈ ਮੋਟੇ ਕੰਦਾਂ ਤੰਦੇ ਛਾਲਾ ਮਾਰ ਕੇ ਭੱਜ ਵੀ ਜਾਂਦੇ ਆ ਕਈ ਰੁੱਖਾਂ 'ਚ ਲੋਕ ਜਾਣਦੇ ਆ ਕਿ ਨਹੀਂ ਇਹਦੇ ਤੇ ਕਿਉਂਕਿ ਮਦਾਨੀ ਏ ਸਾਡਾ ਇੱਥੇ ਲੁਕਣਾ ਥੋੜਾ ਜਿਆ ਔਖਾ ਹੈਗਾ ਹਿਮਾਚਲ 24 ਥੋੜਾ ਜਿਆ ਇਹਨਾਂ ਦੇ ਸੰਕੇਤ ਮਿਲਿਆ ਕਿ ਉੱਥੇ ਵੀ ਹੈਗੇ ਆ ਧਰਮਸ਼ਾਲਾ ਏਰੀਆ ਦੇ ਵਿੱਚ ਵੀ ਉੱਥੇ ਵੀ ਰੌਲਾ ਪਿਆ ਸੀਗਾ ਔਰ ਇਹ ਵਿੱਚ ਹਰਿਆਣਾ ਜੀ ਵੀ ਹੈਗੇ ਆ ਔਰ ਮੇਰਾ ਖਿਆਲ ਹੈ ਕਿ ਉੱਥੇ ਵੀ ਰੇਡ ਕਰਨਗੇ ਕੁਝ ਮੁੰਡੇ ਇਹ ਜਿਹੜੇ ਬੇਰਜ਼ਗਾਰ ਵੀ ਹੈਗੇ ਜਿਹੜੇ ਜਿਹੜੇ ਅਨਪਲਾਈਡ ਉਹਨਾਂ ਨੂੰ ਕੰਮ ਤਾਂ ਮਿਲਿਆ ਨਹੀਂ ਔਰ ਪੰਜਾਬ ਗਵਰਨਮੈਂਟ ਨੂੰ ਇਸ ਪਾਸੇ ਵੀ ਖਿਆਲ ਰੱਖਣ ਚਾਹੀਦਾ ਕਿ ਗੈਂਗਵਾਦ ਵੀ ਵੱਧ ਜਾਂਦਾ ਫਿਰ ਇਹਦੇ ਵਿੱਚ ਜਿਹੜੀਆਂ ਏਜੰਸੀਆਂ ਤੇ ਹਮਲੇ ਹੁੰਦੇ ਆ ਜਿੱਥੇ ਚ ਜਾ ਕੇ ਬਾਹਲੇ ਦੇਸ਼ਾਂ ਵਿੱਚ ਹਮਲੇ ਕਰਦੇ ਆ ਔਰ ਰੌਲਾ ਪ ਔਰ ਇਹਨੂੰ ਥੋੜਾ ਜਆ ਬੜੇ ਤਰੀਕੇ ਨਾਲ ਨਿਜੇਠ ਲੈਣਾ ਚਾਹੀਦਾ ਕਿ ਬਹੁਤ ਮੁੰਡੇ ਜਿਹੜੇ ਡਿਕਲੇਅਰ ਨੇ ਅਤਵਾਦੀ ਦੇ ਤੌਰ ਤੇ ਉਗਰਵਾਦੀ ਦੇ ਤੌਰ ਤੇ ਉਹ ਇਥੋਂ ਭੱਜ ਜਾਂਦੇ ਵਾਇਆ ਨੇਪਾਲ ਔਰ ਪਾਸਪੋਰਟ ਦੋ ਦੋ ਬਣਾ ਲੈਂਦੇ ਆ ਉਦੋਂ ਵੀ ਕੋਈ ਜਾਸੂਸ ਏਜੰਸੀ ਨਹੀਂ ਦੇਖਦੀ ਇਹ ਗੱਲਾਂ ਜਿਹੜੀਆਂ ਹੈਗੀਆਂ ਸਾਡੀਆਂ ਜਾਂਸ ਏਜੰਸੀਆਂ ਨੇ ਜਾਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਇਹਨਾਂ ਨੂੰ ਰੋਕਾ ਰੋਕਣ ਲਈ ਖਾਸ ਕਰਕੇ ਇਹ ਸਹਿਯੋਗ ਦੇਣਾ ਜ਼ਰੂਰੀ ਹੈ ਐਕਚੁਅਲੀ ਕੀ ਹੈ ਕਿ ਜੋ ਕੋਰਟ ਨੀਤੀ ਹੈ ਜੋ ਇੰਟਰਨੈਸ਼ਨਲ ਰਿਲੇਸ਼ਨਸ ਨੇ ਫੋਰਨ ਪੋਲਿਸੀ ਹੋ ਚਲਦੀ ਹੀ ਡਿਪਲੋਮੇਸੀ ਦੇ ਉੱਤੇ ਹੈ ਤੁਸੀਂ ਸਾਡਾ ਸਾਥ ਦਿਓ ਅਸੀਂ ਤੁਹਾਡਾ ਸਾਥ ਦੇ ਇਹ ਬਿਲ ਸਿਚੁਏਸ਼ਨਸ ਨੇ ਕਿ ਬੈਲੈਂਸ ਕਰਨਾ ਪੈਂਦਾ ਪਾਵਰ ਨੂੰ ਹਮੇਸ਼ਾ ਇਸ ਕਰਕੇ ਇਹ ਜ਼ਰੂਰੀ ਹੈ ਕਿ ਅਸੀਂ ਇੱਕ ਦੂਜੇ ਦਾ ਸਾਥ ਦੇਈਏ। ਔਰ ਇਦਾਂ ਦੇ ਮਾਮਲੇ ਜਿਹੜੇ ਨੇ ਉਹ ਸਾਰੀ ਦੁਨੀਆ ਦੀ ਸ਼ਾਂਤੀ ਵਾਸਤੇ ਵੀ ਖਤਰਾ ਪੈਦਾ ਹੁੰਦੇ ਨੇ। ਦੇਖੋ ਜਦੋਂ ਅਸੀਂ ਹਮਾਸ ਦੀ ਗੱਲ ਕਰਦੇ ਆ ਹਜ਼ਬੁੱਲਾਹ ਦੀ ਗੱਲ ਕਰਦੇ ਆ ਜਾਂ ਹੋਰ ਵੀ ਥਾਵਾਂ ਦੇ ਉੱਤੇ ਜਿਹੜੇ ਇਹ ਵੀ ਉਸੇ ਤਰ੍ਹਾਂ ਦੇ ਜੈਸੇ ਬੰਦੀਆਂ ਟੈਰਰਿਜ਼ਮ ਸੰਗਠਨ ਨੇ ਉਹਨਾਂ ਦੀ ਗੱਲ ਕਰਦੇ ਆ ਤਾਂ ਉਹ ਸ਼ੁਰੂ ਦੇ ਵਿੱਚ ਛੋਟੀਆਂ-ਛੋਟੀਆਂ ਸੰਸਥਾਵਾਂ ਹੀ ਸੀਗੀਆਂ ਜਿਹੜੀਆਂ ਵੱਡੀ ਹੋ ਕੇ ਹਥਿਆਰਬੰਦ ਬਣੀਆਂ ਔਰ ਪਤਾ ਨਹੀਂ ਕੀ ਕੁਝ ਹੁਣ ਹੁੰਦਾ ਪਿਆ ਹੈ। ਤਾਲਿਬਾਨ ਤਾਲਿਬਾਨ ਨੇ ਪਾਕਿਸਤਾਨ ਨੇ ਅਫਗਾਨਿਸਤਾਨ ਚ ਵੇ ਲੋ ਉਹਨਾਂ ਨੇ ਇੰਨਾ ਕੁਝ ਕਰਕੇ ਅਮਰੀਕਾ ਦੇ ਵੀ ਪੈਰ ਨਹੀਂ ਉੱਥੇ ਲੱਗਣਦੇ ਤੇ ਰਸ਼ੀਆ ਦੇ ਪੈਰ ਨਹੀਂ ਲੱਗਣਦੇ ਤੇ ਬਾਅਦ ਚ ਉਹਨਾਂ ਨੇ ਐਸਾ ਉੱਥੇ আগਹਾਵਾ ਕੀਤਾ ਇਹਨਾਂ 'ਤੇ ਹਮਲੇ ਕੀਤੇ ਮੁੜ ਕੇ ਜਿਹੜੀ ਵੀ ਤਾਕਤ ਆਪਣੇ ਹੱਥਾਂ ਵਿੱਚ ਲੈ ਲਈ ਐਸਵੇਲੇ ਸੋਵਰਨਟੀ ਜੋ ਪਾਵਰ ਹੈ ਉਹਨਾਂ ਕੋਲ ਹੈਗੀ ਆ ਉਹਨਾਂ ਕੋਲ ਸਾਰੀ ਪ੍ਰਸ਼ਾਸਨ ਦੀ ਜਿੰਨੀ ਵੀ ਉਹਨਾਂ ਕੋਲ ਪਾਵਰ ਸਾਰੀ ਉਹਨਾਂ ਕੋਲ ਐਡਮਿਨਿਸਟ੍ਰੇਸ਼ਨ ਉਹਨਾਂ ਕੋਲ ਆ ਗਿਆ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਏਜੰਸੀਆਂ ਤੁਹਾਡੀ ਗੱਲ ਸਹੀ ਹੈ ਮੁੜ ਕੇ ਇਹ ਵੱਡੇ ਤੌਰ ਤੇ ਆਪਣਾ ਰੂਪ اختیار ਕਰ ਲੈਂਦੀਆਂ ਫਿਰ ਇਹ ਸਾਰੇ ਦਾ ਸਾਰਾ ਰਾਜ ਤਖਤਾ ਹੀ ਪਲਟ ਕੇ ਰੱਖ ਦਿੰਦੀਆਂ ਇਨ੍ਹਾਂ ਦੇ ਹੱਥ ਵਿੱਚ ਆਜਲਾ ਸਰ ਉਹ ਇਤਿਹਾਸ ਹੈ ਪ੍ਰਸ਼ਾਸਨ ਇਤਿਹਾਸ ਹੀ ਇਹੀ ਹੈ ਔਰ ਜੇ ਸੈਕਿੰਡ ਵਰਲਡ ਵਾਰ ਵੀ ਦੇਖੀ ਜਾਵੇ ਤਾਂ ਸ਼ੁਰੂ ਚ ਹਿਟਲਰ ਇੱਕ ਛੋਟੀ ਜਿਹੀ ਸੰਸਥਾ ਹੀ ਸੀ ਔਰ ਪੂਰੇ ਜਰਮਨ ਦੇ ਉੱਤੇ ਕਾਬੂ ਜੋ ਕਿ ਸੈਕਿੰਡ ਵਰਲਡ ਵਾਰ ਦਾ ਰੂਪ ਦੇ ਦਿੱਤਾ 나జీਵਾਦ ਮਿਸਲੋਨੀਟ ਹਿਟਲਰ ਇਹ ਤਿੰਨਾਂ ਏਜੰਸੀਆਂ ਸੀ ਜਨਰੇ ਪੂਰੀ ਦੁਨੀਆ ਦੇ Yes the Stalincy ਰਸ਼ੀਆ ਦੇ ਵਿੱਚ ਇਹ ਸਾਰੇ ਮਿਲ ਕੇ ਇਹਨਾਂ ਨੇ ਡੰਡੇ ਦੇ ਜ਼ੋਰ ਨਾਲ ਰਾਜ ਕੀਤਾ ਔਰ ਪਾਕਿਸਤਾਨ ਚ ਵੀ ਇਹ ਹਾਲ ਹੁੰਦਾ ਪਾਕਿਸਤਾਨ ਚ ਜਦੋਂ ਫੌਜੀ ਪਲਟਾਉਂਦੇ ਚਾਇਨਾ ਦੇ ਵਿੱਚ ਕੀ ਹੈ ਇਹੀ ਹੀ ਕੁਸ਼ ਹੁੰਦਾ ਡੰਡੇ ਦੇ ਜ਼ੋਰ ਤੇ ਹੁਣ ਪੁਤਿਨ ਸਾਹਿਬ ਕੀ ਨੇ ਡੰਡੇ ਦੇ ਜ਼ੋਰ ਤੇ ਹੁਣ 2030 ਤੱਕ ਕੌਣ ਦੀ ਫਿਰ ਕੋਸ਼ਿਸ਼ ਹੋ ਰਹੀ ਹੈ ਔਰ ਜੀ ਸ਼ੀ ਜਿੰਗਪਿੰਗ ਪੱਕੇ ਹੋਏ ਬੈਠੇ ਸ਼ੀ ਜਿੰਗਪਿੰਗ ਵੀ ਉੱਥੇ ਇਦਾਂ ਇਕੱਠੇ ਇਹਨਾਂ ਨੂੰ ਹਿਲਾ ਨਹੀਂ ਸਕਦਾ ਕੋਈ ਔਰ ਖੈਰ ਚਲੋ اچھا ਹੈ ਥੈਂਕ ਗੋਡ ਕਿ ਸਾਡੇ ਭਾਰਤ ਦੇ ਵਿੱਚ ਤੇ ਇਲੈਕਸ਼ਨਸ ਹੁੰਦੀਆਂ ਨੇ ਹੁਣ 2024 ਦੇ ਵਿੱਚ ਇਲੈਕਸ਼ਨਸ ਨੇ ਹੁਣ ਦੇਖੋ ਨਵਾਂ ਕੀ ਸਾਹਮਣੇ ਆਉਂਦਾ ਦੋਹਰੀ ਮੋਦੀ ਸਾਹਿਬ ਬੈਠੇ ਨੇ ਔਰ ਮੇਰਾ ਖਿਆਲ ਤੀਜੀ ਵਾਰ ਵੀ ਇਹ ਹੋ ਸਕਦਾ ਕਿ ਉਹ ਵੀ ਪ੍ਰਾਈਮ ਮਿੰਿਸਟਰ ਆਫ ਇੰਡੀਆ ਬਣ ਜਾਣ ਇੱਥੇ ਹੁਣ ਕਿਉਂਕਿ ਕੰਮ ਕੀਤੇ ਨਾਲ ਵਾਲੇ ਸਮੇਂ ਦੇ ਵਿੱਚ ਦੇ ਨਾ ਤੇ ਤੁਹਾਡੀ ਗੱਲ ਸਹੀ ਹੈ ਜੇ ਆਪਾਂ ਆਪਣੇ ਦੇਸ਼ ਦੀ ਵੀ ਗੱਲ ਕਰੀਏ ਆਪਣੇ ਦੇਸ਼ ਦੀ ਰਾਜਨੀਤੀ ਦੀ ਗੱਲ ਕਰੀਏ ਆਪਣੇ ਜਿਹੜੀ ਵਿਵਸਥਾ ਜੋ ਪੋਲਿਟਿਕਲ ਜੋ ਸਥਿਤੀ ਹੈ ਉਹਦੀ ਵੀ ਗੱਲ ਕਰੀਏ ਕਿਉਂਕਿ ਜਿਹੜੇ ਇਹਨਾਂ ਦੇ ਬਰਾਬਰ ਤੇ ਵੈਸੇ ਲੀਡਰ ਹੈ ਜਿਹੜਾ ਪ੍ਰਾਈਵੇਟ ਜਾਂ ਬਾਕੀ ਲੋਕ ਨੇ ਉਧਰ ਜਾਂ ਜਿਹੜੀ ਯੂਨਿਟੀ ਬਣਾ ਕੇ ਇਹਨਾਂ ਨੇ ਇੰਡੀਆ ਦੀ ਇੱਕ ਟੀਮ ਬਣਾ ਲਈ ਹੈ ਪੂਰੀ ਯੂਨਾਈਟਿਡ ਤੌਰ ਤੇ ਉਹਨਾਂ ਦੇ ਵਿੱਚ ਵੀ ਕੋਈ ਅਜੇ ਐਸਾ ਲੀਡਰ ਨਹੀਂ ਹੈ ਜੋ ਭਾਜਪਾ ਦੇ ਬਰਾਬਰ ਹੋਵੇ ਜਾਂ ਭਾਜਪਾ ਦੇ ਜਿਹੜਾ ਸਾਡੇ ਪ੍ਰਧਾਨ ਮੰਤਰੀ ਦੇ ਬਰਾਬਰ ਦਾ ਹੋਵੇ ਕਉਕੇ ਰahul ਗਾਂਧੀ ਹੈ ਬਹਾਲਾ ਕੇ ਨੇਤਾ ਹੈਗਾ ਔਰ ਖੜਕੇ ਸਾਹਿਬ ਵੀ ਨੇਤਾ ਨੇ ਹੁੰਤੇ ਨਿਤਿਸ਼ ਕੁਮਾਰ ਜੀ ਨੇ ਪਰ ਅਜੇ ਵੀ ਇਹ ਇਕੱਲੇ ਇੱਕ ਇਕਾਈ ਦੇ ਜਿਹੜੇ ਨੇਤਾ ਨੇ ਇਹਨਾਂ ਦੀ ਦੀਜ਼ ਕਰਨੀ ਇਹਨਾਂ ਦੀ ਬਰਾਬਰੀ ਕਰਨੀ ਬਹੁਤ ਔਖੀ ਵੀ ਆ ਮੇਰਾ ਖਿਆਲ ਅਗਲੀ ਵਾਰ ਕੁਝ ਲੋਕ ਲੋਕ ਇਹਨਾਂ ਨਾਲ ਬਹੁਤ ਜੁੜੇ ए भी देने कुछ लोग कि जो इंडिया गठबंधन है हजे तक कोई नाम कोशिश नहीं कर रहा सही क्योंकि टाइम आने कोशिश करना चाहिए और इस वक्त कहने क्योंकि आ, कुछ अपना एहतियात वर्त के ਤੋ ਦੇ ਪਨੇ ਕਿ ਕੋਈ ਵੀ ਨਾ ਪ੍ਰਾਈਮ ਮਿੰਿਸਟਰਸ਼ਿਪ ਵਾਸਤੇ ਕੋਸ਼ਿਸ਼ ਨਾ ਕਰੀਏ ਅੰਦਰ ਖਾਤੇ ਹੋ ਸਕਦਾ ਕੋਈ ਫੈਸਲਾ ਹੋ ਚੁੱਕਾ ਹੋਵੇ ਪਰ ਜਦੋਂ ਇਲੈਕਸ਼ਨਸ ਦੇ ਰਿਜ਼ਲਟ ਆਉਣਗੇ ਉਸ ਤੋਂ ਬਾਅਦ ਅਸੀਂ ਆਊਟ ਕਰਾਂਗੇ ਇਹ ਚੀਜ਼ ਬਸ ਜੀ ਇਲੈਕਸ਼ਨ ਦੀ ਗੱਲ ਕਰ ਰਹੇ ਜੇ ਤਾਂ ਸਾਡਾ ਪड़ोसी ਰਾਜ ਜਿਹੜਾ ਰਾਜਸਥਾਨ ਹੈ ਉੱਥੇ ਚੋਣ ਪ੍ਰਚਾਰ ਤੇ ਬੰਦ ਹੋ ਗਿਆ ਪਰ ਜਿਹੜੀਆਂ ਲੋਕਸ਼ਿਪ ਕੇ ਜਾਂ ਘਰੋ ਘਰ ਜਾ ਕੇ ਲੋਕਾਂ ਨੂੰ ਕਹਿਣੀਆਂ ਆਪਣੀਆਂ ਨੀਤੀਆਂ ਦੱਸਣੀਆਂ ਉਹ ਵੀ ਦੱਸ ਰਿਹਾ ਕਿਉਂਕਿ ਉੱਥੇ ਕਾਂਗਰਸ ਦਾ ਰਾਜ ਹੈ ਉੱਥੇ ਸ਼ੋਗਲ ਲੋਤ ਜੀ ਜਿਹੜੇ ਉੱਥੇ ਦੇ ਮੁੱਖ ਮੰਤਰੀ ਸੀਗੇ ਔਰ ਉਹਨਾਂ ਦਾ ਪਹਿਲੂ ਰੌਲਾ ਦਰਿਆ ਅ ਪਾਇਲਟ ਸਾਹਿਬ ਨਾ ਸਚਨ ਪਾਇਲਟ ਤੇ ਬਾਕੀਆਂ ਨਾਲ ਪਰ ਹੁਣ ਉਹ ਬਿਲਕੁਲ ਸਥਿਰ ਉਹਨਾਂ ਦੀ ਸਥਿਤੀ ਤੇ ਇਸ ਵੇਲੇ ਦੇਖੋ ਹੁਣ ਕਾਂਗਰਸ ਜਿੱਤੀ ਜਾਂ ਭਾਜਪਾ ਜਿੱਤ ਰਹੀ ਹੈ ਜੇ ਤਾਂ ਭਾਜਪਾ ਜਿੱਤ ਗਿਆ ਤੋ ਫਿਰ ਪਤਾ ਲੱਗ ਜਾਊਗਾ ਕਿ ਸੈਂਟਰ 'ਚ ਵੀ ਇਹਨਾਂ ਦੀ ਜੜੀਆਂ ਉਸੇ ਤਰ੍ਹਾਂ ਕਾਮਯਾਬ ਨੇ ਔਰ ਡੂੰਘੀਆਂ ਜੜ੍ਹਾਂ ਨੇ ਔਰ ਬਾਕੀ ਜਿਹੜੇ ਪੰਜ ਸਟੇਟਾਂ ਚ ਹੋ ਰਹੀਆਂ ਉਹਨਾਂ ਵਿੱਚ ਜੇ ਕਰੇ ਜਿੱਤਦੇ ਆ ਬਹੁਤ ਮਤ ਇਹਨਾਂ ਨੂੰ ਮਿਲ ਜਾਂਦਾ ਬਹੁਤ ਗਿਣਤੀ ਚ ਜਿਹਨਾਂ ਦੇ ਐਮਐਲਏ ਬਣ ਜਾਂਦੇ ਆ ਜਾਂ ਮੁੱਖ ਮੰਤਰੀ ਬਣ ਜਾਂਦੇ ਆ ਤੇ ਮੇਰੇ ਖਿਆਲ ਆ ਆਉਣ ਵਾਲਾ ਸਮਾਂ ਦੱਸ ਦੇਗਾ ਕਿ ਲੋਕ ਸਭਾ ਵਿੱਚ ਵੀ ਇਹਨਾਂ ਦੀ ਜਿਹੜੀ ਪੈਂਠਾ ਆ ਜਾਂ ਇਹਨਾਂ ਦੀ ਸਥਿਤੀ ਆ ਜਾਂ ਇਹਨਾਂ ਦਾ ਨੀਤੀ ਆ ਪੂਰੀ ਦੀ ਪੂਰੀ ਤਰ੍ਹਾਂ ਜਾਗਰੂ ਹੋ ਸਕਦੀ ਹੈ ਬਲਕਾਰ ਜੀ ਇੱਕ ਨੋਟਿਸ ਵੀ ਜਾਰੀ ਕੀਤਾ ਹੈ ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਨੂੰ ਜੋ ਇਹ ਵਰਲਡ ਕੱਪ ਤੋਂ ਬਾਅਦ ਕੁਝ ਟਿੱਪਣੀਆਂ ਹੋਈਆਂ ਨੇ ਦੇ ਉੱਤੇ ਪ੍ਰਾਈਮ ਮਿਨਿਸਟਰ ਮੋਦੀ ਮੌਜੂਦ ਸੀ ਔਰ ਇੰਡੀਆ ਟੀਮ ਹਾਰ ਗਈ ਆਸਟ੍ਰੇਲੀਆ ਤੋਂ ਔਰ ਉਸ ਕਰਕੇ ਕੁਝ ਇੱਕ ਟ੍ਰੋਲ ਹੋਣ ਲੱਗ ਪਏ ਕੁਝ ਇੱਕ ਟ੍ਰੈਂਡ ਚੱਲਣ ਲੱਗ ਪਏ ਤਾਂ ਉਹ ਟਿੱਪਣੀਆਂ ਦੇ ਉੱਤੇ ਉਹਨਾਂ ਨੇ ਰਾਹੁਲ ਗਾਂਧੀ ਨੂੰ ਨੋਟਿਸ ਭੇਜਿਆ ਚੋਣ ਕਮਿਸ਼ਨ ਨੇ ਇਹ ਪਹਿਲੀ ਵਾਰ ਨਿਕਿਆ ਰਾਹੁਲ ਗਾਂਧੀ ਜੀ ਕਾਂਗਰਸ ਦੇ ਪ੍ਰਮੁੱਖ ਨੇਤਾ ਔਰ ਮੇਰਾ ਖਿਆਲ ਹੈ ਕਿ ਆਉਣ ਵਾਲੇ ਜਿਹੜੇ ਆ ਪ੍ਰਧਾਨ ਮੰਤਰੀ ਵੀ ਉਹਨਾਂ ਦਾ ਨਾਮ ਆ ਸਕਦਾ ਮੇਬੀ ਔਰ ਅਜੇ ਤੱਕ ਤਾਂ ਨਹੀਂ ਹੈ ਔਰ ਜਦੋਂ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਸੀਗੇ ਪ੍ਰਾਈਮ ਮਿੰისტਰ ਬਣੇ ਉਹਨਾਂ ਛੋਟੀ ਉਮਰ ਸੀ ਇਹਨਾਂ ਦੀ ਇਹ ਨਹੀਂ ਆਏ ਔਰ ਸੋਨੀਆ ਗਾਂਧੀ ਦੀ ਜਿਹੜੀ ਨੀਤੀ ਆ ਜਾਂ ਸੋਨੀਆ ਗਾਂਧੀ ਨੇ ਜੋ ਕੁਝ ਕੀਤਾ ਔਰ ਉਹ ਟਾਈਮ ਤੇ ਮਨਮੋਹਨ ਸਿੰਘ ਜੀ ਹੋਰਾਂ ਨੇ ਬਹੁਤ ਦੇਸ਼ ਦੇ ਲਈ ਅਰਥ ਵਿਵਸਥਾ ਨੂੰ ਪੂਰਾ ਉਪਰਚੋਕਣੇ ਕੰਮ ਕੀਤਾ ਔਰ ਹੁਣ ਜਿਹੜਾ ਇਹਨਾਂ ਨੇ ਟਿੱਪਣੀਆਂ ਕੀਤੀਆਂ ਨੇ ਪਹਿਲਾਂ ਤਾਂ ਇਹਨਾਂ ਨੇ ਪ੍ਰਾਈਮ ਮਿੰისტਰ ਨੂੰ ਚੌਕੀਦਾਰ ਵੀ ਕਿਹਾ ਔਰ ਬੜਾ ਕੁਝ ਕਿਹਾ ਉਹਦੇ ਤੇ ਵੀ ਇਹਨਾਂ ਨੂੰ ਇਹਨਾਂ ਦੇ ਜਿਹੜਾ ਮੈਂਬਰ ਪਾਰਲੀਮੈਂਟ ਸੀ ਉਹ ਪ੍ਰਕਾਸ਼ ਕਰ ਦਿੱਤਾ ਸੀ ਇਹਨਾਂ ਦਾ ਰੈ residenc ਸੀ ਉਹ ਵੀ ਲੈ ਲਿਆ ਸੀ ਔਰ ਇਹਨਾਂ ਨੇ ਤੇ ਕੇਸ ਵੀ ਗਿਆ ਗੁਜਰਾਤ ਹਾਈ ਕੋਰਟ ਨੇ ਹੁਣ ਦੁਬਾਰਾ ਇਹਨਾਂ ਤੇ ਟਿੱਪਣੀਆਂ ਜਿਹੜੀਆਂ ਕੀਤੀਆਂ ਉਹਦਾ ਨੋਟਿਸ ਤੇ ਕਾਰਨ ਦੱਸੋ ਨੋਟਿਸ ਇਹਨਾਂ ਨੇ ਦਿੱਤਾ ਵੀ ਦਸ ਵੇਲੇ ਬਾਰੇ ਕਿਉਂ ਕਿਹਾ ਇਹਨਾਂ ਨੇ ਪਨੌਤੀ ਕਿਹਾ ਉਹਨਾਂ ਨੂੰ ਔਰ ਜੇਬ ਕਤਰਾ ਕਈ ਤਰ੍ਹਾਂ ਦੀਆਂ ਇਦਾਂ ਦੀਆਂ ਛੋਟੀਆਂ ਗੱਲਾਂ ਨਹੀਂ ਕਰਨੀ ਚਾਹੀਦੀਆਂ ਕਿਉਂਕਿ ਉਹਨਾਂ ਦਾ ਰਤਬਾ ਉਹਨਾਂ ਦਾ ਜਿਹੜਾ ਪਦਵੀ ਹੈ ਬਹੁਤ ਵੱਡੀ ਹੈ ਉਹ ਐਸ ਵੇਲੇ ਪੂਰੇ ਦੇਸ਼ ਦੇ ਰਾਜਾ ਨੇ ਅਰਥਾਂ ਤੇ ਚੱਲਦਾ ਉਧਰੋਂ ਵੀ ਮੂਰਖੋਂ ਕੇ ਸਰਦਾਰ ਪਤਾ ਨਹੀਂ ਕੀ ਕੁਝ ਇਹ ਦੂਜੀ ਦੇਖ ਕੋਈ ਗੱਲਾਂ ਨਹੀਂ ਹਾਂ ਔਰ ਇਹ ਹੁਣ ਉਹਨਾਂ ਨੇ ਚੌਂਕ ਕਮਿਸ਼ਨਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੁਣ ਦੇਖੋ ਇਹ ਕੀ ਦਿੰਦੇ ਆ ਜਵਾਬ ਉਹਦਾ ਔਰ ਜਿਹੜਾ ਕਰਦੇ ਆ ਉਧਰੋਂ ਪ੍ਰਾਈਮ ਮਿਨਿਸਟਰ ਖੁਦ ਇਹਨਾਂ ਦੇ ਜਵਾਬ ਦੇ ਵਿੱਚ ਆ ਜਾਂਦੇ ਔਰ ਉਹ ਵੀ ਬੋਲਦੇ ਆ ਉਹਨੇ ਕੀ ਆ ਵੀ ਕਿ ਤੁਸੀਂ ਜਿਹੜੀਆਂ ਨਿੱਕੀਆਂ ਲਗੂਣੀਆਂ ਗੱਲਾਂ ਕਰਦੇ ਜੇ ਜਿਹੜੀਆਂ ਅਰਥਹੀਣ ਨੇ ਜਿਨ੍ਹਾਂ ਦਾ ਕੋਈ ਮਹਿਣਾ ਨਹੀਂਗਾ ਇਹ ਨਾ ਕਰੋ ਕੋਈ ਕੌਣ ਵਾਲੀ ਇਲੈਕਸ਼ਨ ਆ ਕਿ ਤੁਸੀਂ ਲੋਕਾਂ ਨੂੰ ਆਪਣੇ ਮਗਰ ਨਾ ਪਾਓ ਲੋਕ ਜਿਹੜੇ ਜਾਂ ਜਨਤਾ ਵਾ ਉਹ ਇਸ ਗੱਲ ਤੇ ਨਰਾਸ਼ ਹੋ ਜਾਂਦੀ ਹੈ ਜੇ ਗੱਲ ਕਰਨੀ ਕੋਈ ਪਾਇਦਾਰ ਕਰੋ ਜੇ ਕੋਈ ਗੱਲ ਕਰਨੀ ਆ ਤੇ ਉਹ ਗੱਲ ਕਰੋ ਕਿ ਸਹੂਲਤਾਂ ਤੋਂ ਉਣੇ ਆ ਲੋਕ ਉਹ ਗਰੀਬੀ ਆ ਉਹਨਾਂ ਚ ਉਹ ਗੱਲ ਨਹੀਂ ਕੀਤੀ ਜੋ ਅਸੀਂ ਕਰ ਪੂਰੀ ਕਰ ਸਕਦੇ ਐ ਇਦਾਂ ਦੀ ਗੱਲ ਕਰੋ ਤੁਸੀਂ ਆਪਾਂ ਆਪਸ ਦੇ ਵਿੱਚ ਤੁਸੀਂ ਇੱਕ ਦੂਜੇ ਨੂੰ ਕੀ ਕਹਿੰਦੇ ਹੋ ਕੀ ਨਹੀਂ ਕਹਿੰਦੇ ਲੋਕਾਂ ਨੇ ਕੋਈ ਲੈਣਾ ਦੇਣਾ ਨਹੀਂ ਬਿਲਕੁਲ ਲੋਕਾਂ ਨੂੰ ਇਸ ਗੱਲ ਨਾਲ ਮਤਲਬ ਹੈ ਕਿ ਉਹਨਾਂ ਦਾ ਜੀਵਨ ਸੁਖਾਵਾਂ ਬਣਾਉਣ ਵਾਸਤੇ ਤੁਸੀਂ ਕਰਦੇ ਕੀ ਪਾਏ ਤੁਹਾਡੀਆਂ ਗੱਪਾਂ ਸੁਣਨ ਵਾਸਤੇ ਤੁਹਾਡੀਆਂ ਗੱਲਾਂ ਸੁਣਨ ਵਾਸਤੇ ਇੱਕ ਦੂਜੇ ਨੂੰ ਤੁਸੀਂ ਕਿਹੜੇ ਤਾਨੇ ਮਿਹਣੇ ਦਿੰਦੇ ਹੋ ਉਹਦੇ ਵਾਸਤੇ ਥੋੜਾ ਜਨਤਾ ਬੈਠੀ ਜਨਤਾ ਨੇ ਕੀ ਲੈਣਾ ਦੇਣਾ ਦੱਸੋ ਜੀ ਪ੍ਰਾਈਮ ਮਿਨਿਸਟਰ ਨੂੰ ਇਸ ਤਰ੍ਹਾਂ ਦਾ ਟਿੱਪਣੀਆਂ ਨਾਲ ਵੰਗਾਰਿਆ ਜਾਂਦਾ ਜਾਂ ਟਿੱਪਣੀਆਂ ਕੀਤੀਆਂ ਜਾਂਦੀਆਂ ਜਾਂ ਉਹਨਾਂ ਨੂੰ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਤੋਹੀਨ ਕੀਤੀ ਜਾਂਦੀ ਹੈ ਇਹਦੇ ਨਾਲ ਤੋਹੀਨ ਦਾ ਬੇਇੱਜ਼ਤੀ ਉਹਨਾਂ ਦੇ ਦੇ ਪੂਰੀ ਜਨਤਾ ਦੇ ਦੀ ਪੂਰੇ ਦੇਸ਼ ਦੀ ਉਹਦਰੋਂ ਬੀਜਪੀ ਵੱਲੋਂ ਵੀ ਤਾਂ ਹੁੰਦੀਆਂ ਨੇ ਨਾ ਅਨੇ ਇਹਨਾਂ ਨੂੰ ਮੂਰਖੋਂ ਦਾ ਸਰਦਾਰ ਤੇ ਪਤਾ ਨਹੀਂ ਕੀ ਕੁਝ ਕਹਿੰਦੇ ਨੇ ਉਹਦਰੋਂ ਵੀ ਗਲਤ ਹੀ ਹੈ ਹਾਂ ਔਰ ਐਦਾਂ ਹੀ ਹਰ ਥਾਂ ਤੇ ਹੈ ਹਰ ਸੂਬੇ ਵਿੱਚ ਹੈ ਪਰ ਇਹ ਤਾਂ ਪਦਵੀ ਤੇ ਬੈਠੇ ਨੇ ਇਹ ਤਖਤ ਤੇ ਬੈਠੇ ਆ ਉਹਨਾਂ ਕੋਲ ਪਾਵਰ ਵੀ ਹੈਗੀ ਆ ਸਰਬਸਤ ਨਹੀਂ ਪਾਵਰ ਹੈ ਪਰ ਸੰਵਿਧਾਨ ਸਾਡਾ ਸਭ ਤੋਂ ਉੱਤੇ ਹਾਂ ਸੰਵਿਧਾਨ ਕਿਸੇ ਨੂੰ ਇਜਾਜ਼ਤ ਨਹੀਂ ਦਿੰਦਾ ਭਾਵੇਂ ਤੁਸੀਂ ਪ੍ਰਾਈਮ ਮਿਨਿਸਟਰ ਵੀ ਹੈਗੇ ਹੋ ਤੁਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਇਦਾਂ ਦੀ ਕੋਈ ਗੱਲ ਨਹੀਂ ਕਹਿ ਸਕਦੇ ਔਰ ਕੋਈ ਵੀ ਬੰਦਾ ਪ੍ਰਾਈਮ ਮਿਨਿਸਟਰ ਨੂੰ ਵੀ ਇਹ ਗੱਲ ਨਹੀਂ ਕਹਿ ਸਕਦਾ ਕਿਉਂਕਿ ਅਸੀਂ ਇੱਕ ਨਾਗਰਿਕ ਦੇ ਤੌਰ ਤੇ ਇੱਕ ਦੂਜੇ ਦੇ ਨਾਲ ਖੜੇ ਆ ਇੱਕ ਨਾਗਰਿਕ ਦੂਜੇ ਨਾਗਰਿਕ ਉੱਤੇ ਇਦਾਂ ਦੀਆਂ ਛੀਟਾਂ ਕਸ਼ੀਆਂ ਕਰੇ ਇਦਾਂ ਦੀਆਂ ਗੱਲਾਂ ਕਰੇ ਤਾਨੇ ਕਸੇ ਚੰਗਾ ਨਹੀਂ ਲੱਗਦਾ ਅਸੀਂ ਇਹਨੂੰ ਕਹਿੰਦੇ ਆ ਮੇਣੇ ਪੰਜਾਬੀ ਮੇਣੇ ਦੇਣੇ ਜਿਹੜੀਆਂ ਔਰਤਾਂ ਕਿਤੇ ਲੜਦੀਆਂ ਜਿਹੜੀਆਂ ਬਸਤੀਆਂ 'ਚ ਬੈਠੀਆਂ ਨੇ ਜਾਂ ਜਿਹੜੀਆਂ ਔਰਤਾਂ ਅਨਪੜ੍ਹ ਨੇ ਉਹ ਆਪੋ ਵਿੱਚ ਮੇਣੋ ਦੇਣੀ ਹੁੰਦੀ ਆ ਪੜ੍ਹੇ ਲਿਖੇ ਲੋਕਾਂ ਨੂੰ ਤਾਂ ਗੱਲ ਚੰਗਾ ਨਹੀਂ ਲੱਗਦਾ ਵੀ ਆਰ ਸਿਵਲਾਈਜ਼ਡ ਅਸੀਂ ਲੋਕ ਪੜ੍ਹੇ ਲਿ ਅਸੀਂ ਕੋਈ ਉਹ ਨਹੀਂ ਹੈਗੇ ਕਿ ਜਿਹੜੇ ਅਸੀਂ ਬਹੁਤ ਜੰਗਲੀ ਬੰਦੇ ਤਾਂ ਨਹੀਂ ਹੈਗੇ ਜਾਂ ਅਸੀਂ ਆਦਮਨੁੱਖ ਹੈਗੇ ਕਿੰਨੀ ਡਿਵੈਲਪਮੈਂਟ ਹੋ ਗਈ ਹੈ ਕਿੰਨੀ ਸੋਚ ਅੱਗੇ ਚੱਲੇਗੀ ਹੈ ਕਿੰਨੀ ਪੜ੍ਹਾਈ ਹੋ ਗਈ ਹੈ ਲੋਕ ਇਸ ਵੇਲੇ ਬੜੇ ਸੁਲਝੇ ਲੋਕ ਨੇ ਪਰ ਜੇ ਲੋਕ ਸੁਲਝੇ ਆ ਗਏ ਤਾਂ ਨੇਤਾ ਨੂੰ ਵੀ ਉਸੇ ਤਰ੍ਹਾਂ ਦਾ ਪੇਸ ਚ ਆਉਣਾ ਚਾਹੀਦਾ ਕਿ ਜੇ ਲੋਕ ਪੜ੍ਹੇ ਲਿਖੇ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਆਂ ਤਾਂ ਕਿਸੇ ਤਰੀਕੇ ਨਾਲ ਕਰੀਏ ਸਟੇਟਸ ਨਾ ਕਰੀਏ ਕਿਸੇ ਅ ਚੰਗੀ ਸ਼ਬਦਾਵਲੀ ਚ ਗੱਲ ਕਰੀਏ ਐਨੀ ਭਾਸ਼ਾ ਪਿਆਰੀ ਹੈਗੀ ਆ ਕਈ ਵਾਰ ਗੱਲ ਕਰਦੇ ਤੁਸੀਂ ਜਾ ਗੱਲ ਕਰਦੇ ਕਰਦੇ ਵੀ ਤਰੀਕੇ ਨਾਲ ਕਰ ਜਾਂਦੇ ਹੈ ਨਾ ਜੇ ਤੀਰ ਚਲਾਉਣਾ ਤੀਰ ਸਿੱਧਾ ਚਲਾ ਕੇ ਇੱਕ ਜਣਾ ਮਾਰੋ ਜੇ ਤੀਰ ਚਲਾਉਣਾ ਤੇ ਤਰੀਕੇ ਨਾਲ ਚਲਾ ਕੇ ਉਹਨਾਂ ਨੂੰ ਗੱਲ ਪਹੁੰਚਾ ਦਿਓ ਤੇ ਜੇ ਕਨਵੇ ਕਰਨੀ ਗੱਲ ਇਹ ਨਹੀਂ ਸਿੱਧੇ ਤੇ ਸਿੱਧੇ ਗੱਲ ਕਰੋਗੇ ਤੇ ਫਿਰ ਤੁਹਾਡੀ ਪੜ੍ਹਾਈ ਤੁਹਾਡੀ ਸੋਚ ਤੁਹਾਡਾ ਕਹਿਣਾ ਤੁਹਾਡਾ ਕਰਨਾ ਕੋਈ ਬਹੁਤਾ ਮੈਨੇ ਨਹੀਂ ਲੱਗਦਾ ਐਗਜੈਕਟਲੀ ਮੈਨੇ ਨਹੀਂ ਰੱਖਦਾ ਕਿਉਂਕਿ ਉੱਥੇ ਤੁਸੀਂ ਗਲਤ ਹੁੰਦੇ ਹੋ ਆ ਹੁਣ ਆਪਾਂ ਅੱਗੇ ਤੁਰਦੇ ਹਾਂ ਬਲਕਾਰ ਜੀ ਪੰਜਾਬ ਦੀ ਗੱਲ ਕਰਦੇ ਹਾਂ ਭਗਵੰਤ ਮਾਨ ਜੀ ਨੇ ਕਿਸਾਨਾਂ ਨੂੰ ਕਿਹਾ ਹੈ ਭਈ ਰੋਜ਼ ਦੇ ਟਰਨੇ ਰੋਜ਼ ਦੇ ਜਾਮ ਸ਼ੋਭਾ ਨਹੀਂ ਦਿੰਦੇ ਕਿਤੇ ਪਬਲਿਕ ਤੁਹਾਡੇ ਖਿਲਾਫ ਨਾ ਹੋ ਜਾਏ ਇਸ ਕਰਕੇ ਸਾਵਧਾਨ ਰਵੋ ਗੱਲਬਾਤ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਸਰਕਾਰ ਕੋਲ ਆਪਣੇ ਨੁਮਾਇੰਦੇ ਭੇਜੋ ਆਪਣੀਆਂ ਮੰਗਾਂ ਰੱਖੋ ਮੀਟਿੰਗਸ ਕਰੋ ਗੱਲਬਾਤ ਹੋਵੇ ਐਦਾਂ ਆਮ ਪਬਲਿਕ ਨੂੰ ਤੰਗੀ ਹੁੰਦੀ ਹੈ ਟਰਨਿਆ ਕਰਕੇ ਜਾਮ ਲੱਗਦੇ ਆ ਔਰ ਜੇ ਪਬਲਿਕ ਤੁਹਾਡੇ ਖਿਲਾਫ ਹੋ ਗਈ ਤੇ ਤੁਹਾਡੀਆਂ ਜੜਾਂ ਪਬਲਿਕ ਦੇ ਵਿੱਚ ਨੇ ਤੇ ਫਿਰ ਤੁਹਾਡੀ ਤਾਕਤ ਖਤਮ ਹੋ ਜਾਣੀ ਹੈ ਹਾਂ ਇਹ ਹੁਣੇ ਹੁਣੇ ਭਗਵੰਤ ਪਾਤਸ਼ਾਹ ਜੀ ਨੇ ਇਹ 4 ਦਿਨਾਂ ਦਾ ਇੱਕ ਇਹਨਾਂ ਦਾ ਇੱਥੇ ਸੀਗਾ ਇੱਕ ਪ੍ਰਦਰਸ਼ਨੀਆ ਔਰ ਜਲੰਧਰ ਦੇ ਵਿੱਚ ਤਰਨੇ ਲਾਏ ਇਹਨਾਂ ਨੇ ਔਰ ਨੈਸ਼ਨਲ ਹਾਈਵੇ ਜਿਹੜੀ ਹੈਗੀ ਆ ਉਹਨੂੰ ਰੋਕਿਆ ਨਾ ਐਨ ਐਚ ਉਹਨਾਂ ਨੇ ਕਿਹਾ ਉਹ ਕਿ ਇਤਨਾ ਤਰਨੇ ਲਾਓ ਔਰ ਉਹਦੇ ਤੇ 4-4 ਕੰਟੇਨਰ ਨੇ ਟ੍ਰੇਨ ਵੀ ਬੰਦ ਕਰ ਛੱਡੀਆਂ ਔਰ ਉਹਨਾਂ ਨੇ ਰੂਟ ਬਦਲੇ ਉਹਦੇ ਵਿੱਚ ਖੰਨਾ ਜੀ ਕਿੰਨੇ ਲੋਕਾਂ ਦੇ ਜ਼ਰੂਰੀ ਕੰਮ ਕੋਈ ਬੱਚਾ ਇੰਟਰਵਿਊ ਦੇਣ ਜਾ ਰਿਹਾ ਕੋਈ ਜੌਬ ਤੇ ਜਾ ਰਿਹਾ ਕੋਈ ਪੜਨ ਜਾ ਰਿਹਾ ਕੋਈ ਬਿਮਾਰ ਆ ਵਿਚਾਰਾ ਉਹ ਐਂਬੂਲੈਂਸ ਤੇ ਪਾਇਆ ਉਹ ਜਾ ਰਿਹਾ ਕਿੱਦਾਂ ਦੀਆਂ ਜ਼ਰੂਰਤਾਂ ਜੜੀਆਂ ਲੋਕਾਂ ਦੀਆਂ ਹੈਗੀਆਂ ਔਰ ਤੁਸੀਂ ਰਾਹ ਬੰਦ ਕਰਕੇ ਬੈਠੇ ਜੇ ਔਰ ਭਗਵੰਤ ਮਾਨ ਜੀ ਨੇ ਬਿਲਕੁਲ ਟੁਕਮਾ ਜਵਾਬ ਦਿੱਤਾ ਕਿ ਲੋਕਾਂ ਨੇ ਆਪਣੇ ਉਲਟ ਕਰ ਲਿਓ ਕਿਉਂਕਿ ਪਬਲਿਕ ਦਾ ਹੀ ਹੈ ਕੰਮ ਔਰ ਇਹ ਵੀ ਪਬਲਿਕ ਨੂੰ ਰਿਪਰੈਜ਼ੈਂਟ ਕਰਦੇ ਕਿਸਾਨ ਔਰ ਜਦੋਂ ਦਿੱਲੀ ਇਹਨਾਂ ਨੇ ਸੜਕਾਂ ਜਾਮ ਕਰਾ ਕੇ ਕੀਤੀ ਸੀ ਸਾਰਾ ਕੁਝ ਇਹੋਨਾਂ ਦਾ ਬਿਲਕੁਲ ਟੁਕਮਾ ਕੰਮ ਸੀਗਾ ਕਿਉਂਕਿ ਉਹਨਾਂ ਨੂੰ ਉਦੋਂ ਤੰਗ ਕੀਤਾ ਜਾ ਰਿਹਾ ਸੀ 1.5 ਸਾਲ ਇਹਨਾਂ ਨੇ ਆਪਣੇ ਉੱਤੇ ਭੁੱਖੇ ਵੀ ਰਹੇ ਸਾਰਾ ਕੁਝ ਕੀਤਾ ਉਹ ਗੱਲ ਵਾਜਬ ਸੀ ਉਹ ਲੋਕ ਮੰਨੇ ਉਹਦੇ ਵਿੱਚ ਸਾਰੇ ਪਬਲਿਕ ਉਹਦੇ ਵਿੱਚ ਖੜਾਰੀ ਉਹਦੇ ਵਿੱਚ ਜਿਹੜੇ ਫਿਲਮ ਐਕਟਰ ਆ ਉਹਦੇ ਵਿੱਚ ਡਾਕਟਰ ਵਕੀਲ ਸਾਰੇ ਇਹਨਾਂ ਵੱਲ ਸੀਗੇ ਔਰ ਸਾਡੇ ਜਿੰਨੇ ਵੀ ਐਨਆਰਆਈ ਵੀਰ ਨੇ ਸੁੰਦੇ ਸਾਡੇ ਪ੍ਰੋਗਰਾਮ ਨੂੰ ਵੇਖ ਰਹੇ ਆ ਉਹ ਵੀ ਖਾਸ ਤੌਰ ਤੇ ਸੀ ਉਹਨਾਂ ਨੇ ਉਹਨਾਂ ਨੂੰ ਫੰਡ ਵੀ ਭੇਜੇ ਔਰ ਬੜਾ ਕੁਝ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਔਰ ਉੱਥੇ ਤੇ ਇਹਨਾਂ ਨੂੰ ਹੋ ਗਈ ਕਾਮਯਾਬੀ ਪਰ ਹੁਣ ਇਹਨਾਂ ਨੂੰ ਲੱਗਦਾ ਕਿ ਜਿੱਦਾਂ ਦਾ ਕਹਿੰਦੇ ਨੇ ਕਿ ਉਹ ਰੋਜ਼ ਦਿਹਾੜੀ ਰੀਸ ਜੀ ਬਣ ਜਿੰਦੇ ਨੇ ਮੂੰਹ ਪੈ ਜਾਂਦਾ ਹੁਣ ਇਹਨਾਂ ਨੇ ਗੰਨੇ ਦਾ ਰੇਟ ਵਧਾਉਣਾ ਸੀਗਾ ਉਹਦੇ ਵਿੱਚ ਕੋਈ ਵੱਡਾ ਨਹੀਂ ਸੀਗਾ ਐਮਐਸਪੀ ਦਾ ਕੋਈ ਸੀਗਾ ਤੇ ਗੰਨੇ ਦਾ ਰੇਟ ਜਿਹੜਾ ਵਧਾਉਣ ਲਈ ਕਿਹਾ ਔਰ ਮਿਲਾਂ ਹੋਈਆਂ ਬੰਦ ਪਈਆਂ ਮਿਲਾਂ ਬੰਦ ਪਈਆਂ ਕਿਉਂਕਿ ਗੰਨਾ ਜਾ ਹੀ ਨਹੀਂ ਰਿਹਾ ਜਾਣਾ ਕਿਸ ਕਰਕੇ ਕਿ ਇਹਨਾਂ ਤੇ ਗੰਨਾ ਛਿੱਲ ਕੇ ਉਹਨੂੰ ਉਹਦੀ ਪੱਤਾਂ ਕੱਢ ਕੇ ਜਾਂ ਉਹਨੂੰ ਗੰਨਾ ਬਣਾ ਕੇ ਤੇ ਭੇਜੇ ਨਹੀਂ ਕਮਾਦ ਉੱਥੇ ਔਰ ਉਹਨਾਂ ਨੂੰ ਰੇਟ ਵੀ ਇਹ ਅਰੀਜਨੀ ਗੰਨਾ ਗੰਨਾ ਮਿਲਾਂ ਨੇ ਬਟਾਲੇ ਵੀ ਹੈਗੀ ਆ ਲੁਧਿਆਣੇ ਵੀ ਆ ਔਰ ਖੰਨੇ ਵੀ ਆ ਕਈ ਜਗ੍ਹਾ ਤੇ ਹੈਗੇ ਔਰ ਜਿੱਥੇ ਤੇ ਪਹਿਲੀ ਗੱਲ ਤਾਂ ਗੰਨਾ ਸਾਡੇ ਪੰਜਾਬ ਚ ਹੁੰਦਾ ਹੀ ਘੱਟ ਫਿਰ ਗੰਨੇ ਦਾ ਭਾਅ ਤੁਸੀਂ ਮੰਗਦੇ ਗੰਨਾ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਵਿੱਚ ਹੈ ਗੰਨੇ ਦੀ ਰਿਕਵਰੀ ਜਿਹੜੀ ਆ ਮਹਾਰਾਸ਼ਟਰ ਦੀ ਹੈਗੀ ਆ ਸਾਡੇ ਇੱਥੇ ਗੰਨਾ ਤੇ ਬੀਜ ਤੇ ਬਟਾਲਾ ਤੇ ਗੁਰਦਾਸਪੁਰ ਵਾਲੇ ਪਾਸੇ ਉਹ ਦੁਆਬੇ ਚ ਗੰਨਾ ਹੈ ਨਹੀਂ ਮਾਲਵੇ ਚ ਤਾਂ ਕਪਾਹ ਹੁੰਦੀ ਆ ਔਰ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਉੱਤੇ ਮਾਰ ਬੈਠੇ ਨੇ ਤੁਸੀਂ ਚੰਗਾ ਬੀਜ ਲੈ ਕੇ 슈ਗਰ ਕੈਨ ਪ੍ਰੋਡਕਸ਼ਨ ਜਿਹੜੀ ਹੈਗੀ ਤੁਸੀਂ ਕਰੋ ਚੰਗਾ ਗੰਨਾ ਪੀਜੋ ਔਰ ਪਹਿਲਾਂ ਕਮਾਤ ਬੜੇ ਅੱچھے ਹੁੰਦੇ ਸੀਗੇ ਔਰ ਹਾਈਬ੍ਰਿਡ ਹੁੰਦੇ ਸੀਗੇ ਪੋਨਾ ਕਮਾਤ ਬਹੁਤ ਹੁੰਦਾ ਸੀਗਾ ਗੁੜ ਤੇ ਸਾਡ ਫਿਰ ਉਹਦੇ ਚ ਮਾਈਗਰੇਟਰੀ ਲੇਬਰ ਜਿਹੜੀ ਹੈ ਬਾਹਰੋਂ ਆਏ ਉਹ ਗੰਨਾ ਪੈਦਾ ਕਰਕੇ ਉਹੀ ਗੰਨੇ ਦਾ ਗੁੜ ਬਣਾ ਰਹੇ ਹੈ ਉਹੀ ਸਾਰਾ ਕੁਝ ਕਰ ਰਹੇ ਹੈ ਇਹ ਸਿਰਫ ਧਰਨੇ ਲਾ ਰਹੇ ਹੈ ਕਿਉਂਕਿ ਜਮਾਨ ਮੁੰਡੇ ਤੇ ਸਾਡੇ ਬਾਹਰ ਬੈਠੇ ਆ ਬਜ਼ੁਰਗ ਇੱਥੇ ਬੈਠੇ ਆ ਜ਼ਮੀਨਾਂ ਠੇਕੇ ਦੇ ਦਿੱਤੀਆਂ ਗਈਆਂ ਹਣਾ ਜ਼ਮੀਨਾਂ ਦੇ ਰੇਟ ਬਿਲਕੁਲ ਅੱਧ ਚ ਆ ਗਈ ਤੇ ਬੈਠ ਗਿਆ ਪਹਿਲਾਂ ਉਹਦਾ ਤੌਂਕਲਾ ਕਰੋ ਕਿਸਾਨਾਂ ਨੂੰ ਚਾਹੀਦਾ ਕਿ ਜ਼ਮੀਨਾਂ ਦੇ ਰੇਟ ਤਾਂ ਵਧਾਉਣ ਕਿਤੇ 40 ਲੱਖ 50 ਲੱਖ ਸੀਗਾ ਹੁਣ 20 ਤੇ 15 ਲੱਖ ਤੇ ਆ ਗਿਆ ਇਹ ਸਿਰਫ ਇਹ ਹੈਗਾ ਲਾਪਰਵਾਹੀ ਸਿਰਫ ਇਹ ਹੈਗਾ ਕਿ ਅਸੀਂ ਝੋਨੇ ਤੇ ਉਹਦੇ ਮਗਰ ਲੱਗੇ ਕਣਕ ਦੇ ਮਗਰ ਲੱਗੇ ਕਮਾਦ ਦੀ ਜੋਜਾਈ ਵੀ ਘਟ ਗਈ ਹੈ ਕਮਾਦ ਤਾਂ ਪਤਾ ਕਿ ਇਹਨੂੰ ਇੱਕ ਵਾਰੀ ਬੀਜਿਆ ਮੁੜ ਕੇ ਵਾਰ-ਵਾਰ ਨਹੀਂ ਬੀਜਣਾ ਪੈਂਦਾ ਇਹਦੇ ਲੋ ਇਹਦੇ ਕ੍ਰੌਪ ਜਿਹੜੀ ਹੈ ਸੈਕੰਡ ਫਰਸਟ 3 ਕ੍ਰੌਪ ਹੁੰਦੀ ਹੈ ਇਹਦੇ ਵਿੱਚ ਜਿਸ ਤਰ੍ਹਾਂ ਨੂਸਣ ਤੇ ਛਟਾਲਾ ਜਿਹਨੂੰ ਬਰਸੀਮ ਕਹਿੰਦੇ ਆ ਇੱਕ ਵਾਰੀ ਕਟਿਆ ਫੇਰ ਪੁੰਗਰਾਉਂਦਾ ਦੂਜੀ ਵਾਰੀ ਕਟਿਆ ਫੇਰ ਪੁੰਗਰਾਉਂਦਾ ਕਮਾਦ ਵੀ ਇਸੇ ਤਰ੍ਹਾਂ ਹੁੰਦਾ ਔਰ ਇਹ ਬੜੀ ਫਸਲ ਵਧੀਆ ਹੈਗੀ ਆ ਤੁਸੀਂ ਇੱਕ ਵਾਰੀ ਬੀਜਾ ਮੁੜ ਕੇ ਲੋੜ ਨਹੀਂ ਹੈਗੀ ਗੋਡਣ ਗੋਡਣ ਦੀ ਜਾਂ ਖਾਦ ਪਾਉਣ ਦੀ ਪਾਣੀ ਦੇਣ ਦੀ ਬਾਰਿਸ਼ ਹੋ ਜਾਂਦੀ ਹੈ ਔਰ ਇਹਨਾਂ ਨੂੰ ਚਾਹੀਦਾ ਹੈਗਾ ਕਿ ਜੇ ਗੰਨੇ ਦਾ ਜਿੰਨਾ ਰੇਟ ਦਿੰਦੀ ਹੈ ਗਵਰਨਮੈਂਟ ਲੈਣਾ ਚਾਹੀਦਾ ਜਾਂ ਇਹਨਾਂ ਦੇ ਆਪਣੇ ਕੁਝ ਗਰੁੱਪ ਬਣਾਏ ਨੇ ਕਿ ਰਿਪ੍ਰੈਜ਼ੈਂਟੇਟਿਵ ਬਣਾ ਕੇ ਨਮਾਇंदे ਉਹ ਭੇਜਣ ਸਰਕਾਰ ਕੋਲ ਕੇਂਦਰ ਨੇ ਐਮ ਐਸ ਵੀ ਦੇਣੀ ਹੈ ਪੰਜਾਬ ਗਵਰਨਮੈਂਟ ਕੋ ਤਾਂ ਇਹਦਾ ਕੰਮ ਹੀ ਨਹੀਂ ਫਿਰ ਤੁਸੀਂ ਡਿਸਟਰਬ ਆਪਣੇ ਸਟੇਟ ਜਦੋਂ ਆਮ ਆਪਣੇ ਸਟੇਟ ਚਲਾ ਰਹੇ ਜੇ ਹੈ ਨਾ ਔਰ ਲੋਕਾਂ ਨੂੰ ਕੰਮ ਕਰਨ ਤੋਂ ਜਿਹੜੀ ਹੈ ਸਹੂਲਤਾਂ ਉਹ ਖਤਮ ਹੋ ਜਾਂਦੀਆਂ ਬੱਚੇ ਜਿਹੜੇ ਜਾ ਰਹੇ ਸੀ ਜਿਹਨਾਂ ਨੌਕਰੀ ਕਰਨ ਜਾਣਾ ਕੋਈ ਖਾਸ ਇੰਟਰ ਤੇ ਜਾ ਰਿਹਾ ਕੋਈ ਪੜ ਰਿਹਾ ਉਹ ਸਾਰੇ ਉਸ ਪਾਸੇ ਪੈ ਜਾਂਦੇ ਤੇ ਨੁਕਸਾਨ ਹੋ ਗਿਆ ਨਹੀਂ ਜਾ ਸਕਦਾ ਅਵਾਜਾਂ ਹੀ ਬੰਦ ਕਰਤੀ ਸਾਧਨੀ ਰੋਕ ਦਿੱਤੇ ਰੇਲਾਂ ਬੰਦ ਕਰਤੀਆਂ ਪਰ ਇਹਦੇ ਤੇ ਭਗਵੰਤ ਮਾਨ ਨੇ ਕੱਲ ਕਹਿਤਾ ਕਿ ਤੁਸੀਂ ਇਸ ਗੱਲ ਤੋਂ ਦੂਰ ਰਹੋ ਤਾਂ ਕਿ ਲੋਕ ਤੁਹਾਡੇ ਅਗੇਂਸਟਾਂ ਚੱਲ ਜੇ ਪਬਲਿਕ ਅਗੇਂਸਟ ਆ ਗਈ ਫਿਰ ਤੁਹਾਡੀ ਬਗਾਵਤ ਤੁਹਾਡੀ ਐਜੀਟੇਸ਼ਨ ਤੁਹਾਡਾ ਮੂਵਮੈਂਟ ਤੁਹਾਡਾ ਮਹਮ ਸਾਰੀ ਫੇਲ ਹੈ ਗਈ ਔਰ ਵਾਰ-ਵਾਰ ਨਹੀਂ ਕਰਨਾ ਚਾਹੀਦਾ ਜੇ ਕਰਨਾ ਤੇ ਦੱਸ ਇਹਨਾਂ ਦੇ ਰਿਪ੍ਰেজੈਂਟੇਟਿਵ ਚੱਲ ਜਾਣ ਹਾਲਾਂਕਿ ਨੈਸ਼ਨਲ ਲੈਵਲ ਦੀ ਇਹਨਾਂ ਦੀ ਇੱਜ਼ਤ ਇਹ ਬੰਦੀ ਸੰਯੁਕਤ ਕਿਸਾਨ ਜਿਹੜੇ ਜਥੇਬੰਦੀ ਹੈ ਉਹਨਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਟਕੈਤ ਸਾਹਿਬ ਉਹਦੇ ਪ੍ਰਧਾਨ ਨੇ ਬਾਕੀ ਤੋਂ ਪੰਜਾਬ ਚੋਂ ਵੀ ਬਹੁਤ ਗ੍ਰਾਹਾ ਜੀ ਨੇ ਇਹਨਾਂ ਨੂੰ ਇਹਨਾਂ ਨਮਾਇੰਦਿਆਂ ਨੂੰ ਭੇਜਣਾ ਚਾਹੀਦਾ ਨੇ ਤੇ ਆਮ ਲੋਕ ਇਕੱਠੇ ਹੋ ਕੇ ਸੜਕਾਂ ਤੁਸੀਂ ਕੱਲ ਦੀਵੇਂ ਬੰਦ ਸੀਗੀ ਪਰਸੋਂ ਵੀ ਬੰਦ ਸੀਗੀ ਤਿੰਨ ਦਿਨ ਤੋਂ ਸਾਰੀਆਂ ਸੜਕਾਂ ਲੈਸ਼ਨ ਹਾਈਵੇ ਬੰਦ ਸੀਗੀ ਸੜਕਾਂ ਅੱਗੇ ਟੁੱਟੀਆਂ ਪਈਆਂ ਸੜਕਾਂ ਨੂੰ ਬਣਾਉਣ ਲਈ ਵੀ ਉਹਨਾਂ ਤੇ ਬਲਡੋਜ਼ਰ ਚੱਲਦੇ ਕਈ ਕੁਝ ਹੋ ਗਿਆ ਤੇ ਲੋਕ ਕੀ ਕਰਨ ਕਿੱਧਰ ਜਾਣ ਔਰ ਇਹ ਗੱਲ ਪੰਜਾਬ ਛੋਟਾ ਜਿਹਾ ਪੰਜਾਬ ਹੈਗਾ ਸਾਰੇ ਜ਼ਿਲ੍ਹੇ ਬੰਦ ਕਰ ਦਿੰਦੇ ਦੇ ਫਿਰ ਡੀਸੀ ਆਫਿਸ ਦੇ ਸਾਹਮਣੇ ਧਰਨਾ ਲਾ ਰਹੇ ਨੇ ਕਚਹਿਰੀਆਂ 'ਚ ਵੀ ਰੌਲਾ ਪੈਂਦਾ ਔਰ ਇਹ ਗੱਲ ਅੱਜ ਦੇ ਅੱਜ ਅਸੀਂ ਜੋ ਵੀ ਗੱਲ ਕਰ ਰਹੇ ਹਾਂ ਆਪਣੇ ਚੈਨਲ ਤੋਂ ਇਹ ਤੇ ਚਿੰਤ ਨਾਰਾਜ਼ ਨੇ ਲੋਕ ਔਰ ਕਿਸਾਨਾਂ ਨੂੰ ਚਾਹੀਦਾ ਕਰਨ ਹੈਜੀਟੇਸ਼ਨ ਕਰਨ ਪਰ ਲਾਮ ਲਸ਼ਕਰ ਲੈ ਕੇ ਨਾ ਕਰਨ ਦੋ ਚਾਰ ਬੰਦੇ ਆਉਣ ਤੇ ਆਪਣਾ ਮੰਗ ਪੱਤਰ ਦੇਣ ਔਰ ਉਹਦੇ ਤੇ ਨਹੀਂ ਸੁਣਾਈ ਹੁੰਦੀ ਫਿਰ ਦੁਬਾਰਾ ਜਾਣ ਨਹੀਂ ਹੁੰਦੀ ਤੇ ਫਿਰ ਜਾ ਕੇ ਦੂਜੀ ਤੀਜੀ ਵਾਰ ਹੈਜੀਟੇਸ਼ਨ ਕਰਨੀ ਤੇ ਕਰਨ ਰੋਜ਼ਦਾਰੀ ਹੈਜੀਟੇਸ਼ਨ ਵੀ ਜਿਹੜੀ ਆ ਬਹੁਤ ਜਿਹੜੀ ਹੈਗੀ ਉਹ ਲਾਭਵੰਦ ਨਹੀਂ ਨੁਕਸਾਨ ਦੇ ਹੁੰਦੀ ਐ ਐਕਚੁਅਲੀ ਨੁਕਸਾਨਦੇ ਐ ਔਰ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ 10 ਸਟੇਟ ਦਾ ਨੁਕਸਾਨ ਹੋ ਰਿਹਾ ਹੈ ਬਿਲਕੁਲ ਔਰ ਤੁਸੀਂ ਕੰਮ ਕਰੋ ਔਰ ਗੱਲ ਕਰਨ ਦਾ ਇੱਕ ਤਰੀਕਾ ਅਪਣਾਓ ਤੁਹਾਡੀ ਤਾਕਤ ਦੇਖ ਲਈ ਲੋਕਾਂ ਨੇ ਬਿਲਕੁਲ ਸਹੀ ਸ਼ਕਤੀ ਪ੍ਰਦਰਸ਼ਨ ਤੁਸੀਂ ਕਰ ਲਿਆ ਜਦੋਂ ਤਿੰਨ ਖੇਤੀ ਕਾਨੂੰਨ ਆਏ ਨੇ ਲੋਕਾਂ ਨੂੰ ਪਤਾ ਲੱਗ ਗਿਆ ਤੁਹਾਡੀ ਤਾਕਤ ਕੀ ਹੈ ਹਰ ਵਾਰ ਤਾਕਤ ਦਿਖਾਉਣਾ ਜ਼ਰੂਰੀ ਨਹੀਂ ਹੁੰਦਾ ਇੱਕ ਗੱਲ ਕਰਨ ਦਾ ਤਰੀਕਾ ਹੈ ਕਮੇਟੀ ਬਣਾਓ ਇਹ ਬਿਲਕੁਲ ਠੀਕ ਹੈ ਉਹ ਜੋ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਐਦਾਂ ਲੋਕ ਵਿਰੁੱਧ ਹੋ ਸਕਦੇ ਨੇ ਹਾਂ ਸੋ ਪੱਗੇ ਤੁਰਦੇ ਆ ਚਲੋ ਐਟ ਲਾਸਟ ਰਾਜਪਾਲ ਜੀ ਵੱਲੋਂ ਉਹ ਸ਼ਰਧ ਰੁੱਤ ਦਾ ਜੋ ਇਜਲਾਸ ਹੈ ਉਹਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਪੈਂਡਿੰਗ ਬਿਲ ਵੀ ਪਾਸ ਕੀਤੇ ਨੇ ਹੁਣ ਹੋਪਫੁਲੀ 28 29 ਨੂੰ ਜਿਹੜਾ ਸੈਸ਼ਨ ਹੋਣਾ ਹੈ ਉਹਦੇ ਵਿੱਚ ਜੋ ਵੀ ਮਤੇ ਪਾਸ ਹੋਣਗੇ ਉਹਨਾਂ ਨੂੰ ਹਰੀ ਝੰਡੀ ਮਿਲੇਗੀ ਤੇ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਭਲਾਈ ਹੋਏਗੀ ਹਾਂ ਜਿਹੜਾ ਇਹਨਾਂ ਦਾ ਆਪਸੀ ਖੇ ਬਾਜੀ ਕਹੋ ਜਾਂ ਟਕਰਾਅ ਸੀਗਾ ਗਵਰਨਰ ਸਾਹਿਬ ਦਾ ਤੇ ਮੁੱਖ ਮੰਤਰੀ ਪੰਜਾਬ ਦਾ ਉਹਨੂੰ ਥੋੜਾ ਜਿਹਾ ਥੋੜਾ ਜਿਹੜਾ ਹੈਗਾ ਰਾਤ ਮਿਲ ਗਈ ਔਰ ਦੇ ਵਿੱਚ ਇਸ ਕਰਕੇ ਰਾਤ ਮਿਲ ਕੇ ਇਹ ਪੰਜਾਬ ਗਵਰਨਮੈਂਟ ਸੁਪਰੀਮ ਕੋਰਟ ਤੱਕ ਇਹਨਾਂ ਨੇ ਦਰਵਾਜ਼ਾ ਖੜਕਾਇਆ ਸੀਗਾ ਔਰ ਸੁਪਰੀਮ ਕੋਰਟ ਨੇ ਗਵਰਨਰ ਸਾਹਿਬ ਨੂੰ ਕਿਆ ਸੀਗਾ ਕਿ ਤੁਸੀਂ ਥੋੜਾ ਜਾਂ ਅੰਤਰ ਧਿਆਨ ਹੋ ਕੇ ਵੇਖੋ ਆਪਣੇ ਤਰੀਕੇ ਨਾਲ ਕਿ ਕੀ ਕੀ ਦਾ ਨੁਕਸਾਨ ਹੋ ਰਿਹਾ ਪਬਲਿਕ ਦਾ ਹੋ ਗਿਆ ਜਨਾਂ ਦੀ ਤੁਸੀਂ ਸੇਵਾ ਕਰ ਰਹੇ ਜੇ ਪਬਲਿਕਲੀ ਜੇ ਤੁਸੀਂ ਤੇ ਪਬਲਿਕ ਤੁਹਾਡੇ ਲਈ ਹੈਗੀ ਤੁਸੀਂ ਉਹਨਾਂ ਦੇ ਬਿੱਲਾਂ ਨੂੰ ਰੋਕ ਕੇ ਬਹਿ ਗਏ ਜੇ ਔਰ ਉਹਨਾਂ ਦੇ ਜਿਹੜੀ ਸਮਾਗਮ ਹੁੰਦੇ ਆ ਉਹਦੇ ਤੇ ਵੀ ਤੁਸੀਂ ਤੁਟੀਆਂ ਕੱਢਦੇ ਜੇ ਤੇ ਇਲੀਗਲ ਕਹਿੰਦੇ ਜੇ ਉਹਨਾਂ ਦੇ ਲੋਕਾਂ ਦੀ ਗੱਲ ਹੋ ਰਹੀ ਆ ਉਹ ਕੋਈ ਉਹਦੇ ਵਿੱਚ ਕੋਈ ਇਹ ਤਾਂ ਨਹੀਂ ਕਰ ਰਿਹਾ ਕੋਈ ਵਿਅਕਤੀਗਤ ਤੌਰ ਤੇ ਕੋਈ ਆਪਣਾ ਇੰਟਰਸਟ ਸ਼ੋਅ ਕਰ ਰਿਹਾ ਪਬਲਿਕਲੀ ਗੱਲਬਾਤ ਹੁੰਦੀ ਆ ਹੁਣ ਇਹਨਾਂ ਨੇ ਕੁਝ ਪੈਂਡਿੰਗ ਚਾਰ ਬਿੱਲ ਹੈਗੇ ਆ ਉਹਨਾਂ ਨੂੰ ਅਜੇ ਉਹਨਾਂ ਨੇ ਪ੍ਰਸਤਾਵਨਾ ਦੇ ਦਿੱਤੀ ਆ ਔਰ ਉਹਦੇ ਚ ਉਹਨੂੰ ਪਾਸ ਕਰਨਗੇ ਔਰ ਉਹ ਤੋਂ ਪਹਿਲਾਂ ਠਾਈ ਨਵੰਬਰ ਨੂੰ ਜਿਹੜੀ ਬੈਠਕ ਹੋ ਰਹੀ ਹੈ ਸਮਾਗਮ ਹੋ ਰਿਹਾ ਉਹ اجلاس ਉਹਨਾਂ ਨੇ ਹਰੀ ਝੰਡੀ ਦਿੱਤੀ ਉਹਨੂੰ ਉਹਦੀ ਅਪਰੂਵਲ ਦਿੱਤੀ ਹੈ ਔਰ ਉਹਦੇ ਵਿੱਚ ਇਹਨਾਂ ਨੇ ਅੱਜ ਭਗਵੰਤ ਮਾਨ ਜੀ ਨੇ ਆਪਣੇ ਸਾਰੇ ਮੰਤਰੀ ਕੈਬਨਿਟ ਦੀ ਮੀਟਿੰਗ ਇੱਕ ਰੱਖ ਲਈ ਕਿ ਹੋਣ ਵਾਲਾ ਜਿਹੜਾ ਸਮਾਗਮ ਉਹਦੇ ਵਿੱਚ ਅਸੀਂ ਕੀ ਤੈਅ ਕਰਨਾ ਕੀ ਕੁਝ ਗੱਲਾਂ ਕਰਨੀਆਂ ਉਹਨੇ ਸਾਰੇ ਕੈਬਨਿਟ ਮੰਤਰੀ ਬੁਲਾ ਲਿਆ ਇਹ ਤੋਂ ਪਹਿਲਾਂ ਇਹਨਾਂ ਨੇ ਉਹਦੇ ਵਿੱਚ ਤਬਦੀਲੀਆਂ ਵੀ ਕੀਤੀਆਂ ਸੀ ਜਿਹੜੇ ਪੋਰਟਫੋਲੀਓ ਉਹਨਾਂ ਦੇ ਮੰਤਰੀਆਂ ਦੇ ਉਹ ਵੀ ਇਹਨਾਂ ਨੇ ਬਦਲੇ ਸੀਗੇ ਔਰ ਹੁਣ ਇਹਨਾਂ ਨੇ ਇਹ ਕਹਿਤਾ ਕਿ ਜਿਹੜੇ ਵੀ ਸਮਾਗਮ اجلاس ਕਰ ਰਹੇ ਹਨ ਜਿੱਚ ਪੰਜਾਬ ਦੇ ਕੁਝ ਮੁੱਦੇ ਨੇ ਜਿਹੜੇ ਪੈਂਡਿੰਗ ਆ ਉਹਨਾਂ ਨੂੰ ਅਸੀਂ ਮਤੇ ਨਜ਼ਰ ਰੱਖਾਂਗੇ ਲਿਆ ਕੇ ਗੱਲਬਾਤ ਕਰਾਂਗੇ ਕੋਈ ਕਹੇ ਸੀ ਇਹ ਵਿਸ਼ੇਸ਼ اجلاس ਬੁਲਾਇਆ ਇਹਨਾਂ ਨੇ ਸਰਦਰੁੱਤ ਦਾ ਔਰ ਇਹਦੇ ਵਿੱਚ ਦੋ ਦਿਨਾਂ ਦੇ ਵਿੱਚ ਇਹਨਾਂ ਨੇ ਬਹੁਤ ਕੁਝ ਮਸਲੇ ਜਿਹੜੇ ਤੈਅ ਕਰਨੇ ਆ ਔਰ ਅੱਜ ਦੀ ਮੀਟਿੰਗ ਚ ਪਤਾ ਲੱਗ ਜਾਊਗਾ ਕਿ ਅੱਜ ਇਹਨਾਂ ਨੇ ਕਿਹੜੇ ਤੈਅ ਕਰਨੇ ਮਸਲੇ ਔਰ ਕਿਹਨਾਂ ਨੂੰ ਆ ਜਿਹੜਾ ਵਧੀਆ ਰੂਪ ਦੇਣਾ ਔਰ ਉਹਦੇ ਵਿੱਚ ਕਿਹੜੇ ਪੰਜਾਬ ਨਾਲ ਰਿਲੇਟਡ ਨੇ ਜਿੱਚ ਪਬਲਿਕ ਦੇ ਮਸਲੇ ਹੋਣਗੇ ਔਰ ਪੰਜਾਬ ਦੀ ਖੁਸ਼ਹਾਲੀ ਦੀ ਕੋਈ ਗੱਲ ਬਾਤ ਹੋਏਗੀ ਜਿਹਦੇ ਵਿੱਚ ਪਾਣੀਆਂ ਦਾ ਮਸਲਾ ਜੇ ਪੈਂਡਿੰਗ ਹੈ ਉਹਦੇ ਤੇ ਵੀ ਗੱਲਬਾਤ ਹੋ ਸਕਦੀ ਹੈ ਕਿਉਂਕਿ ਸੈਂਟਰ ਵੱਲੋਂ ਜਿਹੜੀ MICN ਦੀ ਏਜੰਸੀ ਜਿਹੜੇ ਕੰਮ ਕਰ ਚੁੱਕੀ ਆ ਸਰਵੇਖਣ ਹੋ ਚੁੱਕਿਆ ਸੀਗਾ ਉਹਦੇ ਵਿੱਚ ਕੋਈ ਰੌਲਾ ਨਹੀਂ ਪਿਆ ਆ ਰਾਮ ਨਾਲ ਹੋ ਗਿਆ ਔਰ ਹੁਣ ਜਿਹੜਾ ਹੈਗਾ ਕਿ ਜੇ ਪੰਜਾਬ ਦੀ ਖੁਸ਼ਹਾਲੀ ਕਿਸਾਨ ਵੀ ਚਾਹੁੰਦੇ ਨੇ ਪਬਲਿਕ ਵੀ ਚਾਹੁੰਦੀ ਹੈ ਔਰ ਇਹ ਦੋ ਦਿਨ ਦਾ ਸਮਾਗਮਾ ਉਹਦੇ ਵਿੱਚ ਇਹਨਾਂ ਨੂੰ ਵੇਖਣਾ ਚਾਹੀਦਾ ਕਿ ਕੀ ਮਸਲੇ ਤੈਅ ਕਰਦੇ ਔਰ ਕਿਹੜੇ ਰਹਿ ਗਏ ਉਹਦੇ ਵਿੱਚ ਮੀਡੀਆ ਲੋਕਾਂ ਦੇ ਅੱਗੇ ਲਿਆ ਸਕਦਾ ਕਿ ਕੁਝ ਮਸਲੇ ਜਿਹੜੇ ਰਹਿ ਗਏ ਨਾ ਕੋ ਨਹੀਂ ਪੂਰੇ ਹੋਏ ਫਿਰ ਦੁਬਾਰਾ ਜਲਾਸ ਵਿੱਚ ਲਿਆ ਜਾ ਸਕਦੇ ਆ ਜੋ ਵੀ ਵਿਧਾਨ ਸਭਾ ਦਾ ਸੰਭਾਗ ਹੁੰਦਾ ਉਹਦੇ ਵਿੱਚ ਹੋ ਸਕਦੇ ਆ ਤੈ ਕਿ ਜਿਹੜੇ ਮਸਲੇ ਬਾਕੀ ਰਹਿ ਗਏ ਆ ਔਰ ਇਹਦੇ ਵਿੱਚ ਕੁਝ ਇਹਨਾਂ ਨੇ ਇਹਨਾਂ ਨੇ ਫੰਡਿੰਗ ਦੀ ਵੀ ਗੱਲ ਕੀਤੀ ਸੀ ਕਿ ਜਿਹੜਾ ਐਨ ਆਰ ਆਈ ਵੀਰ ਨੇ ਉਹ ਇਨਵੈਸਟਮੈਂਟ ਕਰਨੇ تھے ਪੰਜਾਬ ਵਿੱਚ ਆ ਕੇ ਔਰ ਕੁਝ ਕੰਪਨੀਆਂ ਜਿਹੜੀਆਂ ਬਾਹਰਲੀ ਕੰਪਨੀਆਂ ਨੇ ਬਾਰਲੇ ਦੇਸ਼ਾਂ ਦੀ ਉਹਨਾਂ ਨੇ ਲਾਂਚ ਕੀਤਾ ਵੀ ਆ ਜਰਮਨ ਦੀ ਕੰਪਨੀ ਨੇ ਇੱਕ ਖੰਨੇ ਕੁਝ ਕੰਮ ਕੀਤਾ ਸੀਗਾ ਉਸ ਤੋਂ ਬਾਅਦ ਇਹ ਡੇਰੀ ਨੂੰ ਵੀ ਥੋੜਾ ਜਾ ਜੋ ਡੇਰੀ ਦਾ ਜੋਗ ਵੀ ਆ ਉਹਨੂੰ ਵੀ ਅੱਗੇ ਲਿਆ ਰਹੇ ਆ ਕਿ ਦੁਬਾਰਾ ਦੁੱਧ ਜਿਹੜਾ ਬਹੁਤ ਮਹਿੰਗਾ ਹੋ ਗਿਆ ਦੁੱਧ ਤਾਂ ਬਿਲਕੁਲ ਪੈਟਰੋਲ ਦੇ ਨੇੜੇ ਪਹੁੰਚ ਗਿਆ ਡੀਜ਼ਲ ਦੇ ਔਰ ਦੁੱਧ ਤੋਂ ਮਹਿੰਗਾ ਕਰਨ ਦੀ ਕੁਆਲਿਟੀ ਚਾ ਰਹੇ ਢਲਣੀਆਂ ਮਿਲਕ ਤੋਂ ਪ੍ਰੋਡਕਟ ਬਣਦੀਆਂ ਪੰਜਾਬ ਵਿੱਚ ਉਹ ਬੰਦ ਡੱਬਾ ਬੰਦ ਕਰਕੇ ਬਾਰਲੇ ਦੇਸ਼ਾਂ ਵਿੱਚ ਭੇਜਿਆ ਜਾਂ ਔਰ ਡੇਰੀ ਜਿਹੜੀ ਹੈਗੀ ਆ ਉਹਦੇ ਵਿੱਚ گاਵਾਵਾਂਵਾਰ ਨੂੰ ਹਾਰਲੈਂਡ ਤੋਂ ਲਿਆ ਕੇ ਇੱਥੇ ਪਾਲੀਆਂ ਜਾਂ ਔਰ ਉਹਦੇ ਚ ਸਬਸਿਡੀ ਵੀ ਪੰਜਾਬ ਗਵਰਨਮੈਂਟ ਦੋਗੀ। ਉਹ ਇਹ ਮਸਲੇ ਸਲੇ ਜਿਹੜੇ ਸੀ ਇਹਨਾਂ ਨੇ ਪੰਜਾਬ ਦੇ ਖੁਸ਼ਹਾਲੀ ਲਈ ਇਹਨਾਂ ਨੇ ਮਦਦ ਨਜ਼ਰ ਆ ਕੇ ਡਿਸਕਸ ਕਰਨੇ। ਜੀ ਬਲਕਾਰ ਜੀ ਇਸ ਵਕਤ ਇੱਕ ਬੜਾ ਸੰਜੀਦਾ ਮਾਮਲਾ ਹੈ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਲਾਅ ਐਂਡ ਆਰਡਰ ਦੀ ਗੱਲ ਕਰਦੇ ਹਾਂ, ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦੀ ਗੱਲ ਕਰਦੇ ਹਾਂ। ਬੇਅਦਬੀ ਦੇ ਮਾਮਲੇ ਵੀ ਅਜੇ ਪੈਂਡਿੰਗ ਨੇ। ਸੋ ਸੁਲਤਾਨਪੁਰ ਲੋਧੀ ਉੱਥੇ ਗੁਰਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਨਿਹੰਗਾਂ ਦੇ ਵਿੱਚ ਤੇ ਪੁਲਿਸ ਦੇ ਵਿੱਚ ਇੱਕ ਝੜਪ ਹੋਈ ਹੈ। ਗੋਲੀਬਾਰੀ ਵੀ ਹੋਈ ਹੈ। ਉਹਨੇ ਇਹ ਮਾਮਲਾ ਬੜਾ ਸੰਜੀਦਾ ਹੋ ਗਿਆ ਕਿਉਂਕਿ ਇਹਦੇ ਵਿੱਚ ਰਾਜਨੀਤੀ ਵੀ ਹੋਣੀ ਹੈ। ਆ ਤੇ ਇਸ ਵਕਤ ਧਾਰਮਿਕ ਮਾਮਲਾ ਤੇ ਹੈ ਹੀ ਹੈ। ਉਹਨੇ ਕੀ ਸਾਰੀਆਂ ਜੋ ਹਾਲਾਤਾਂ ਨੇ ਇਹ ਸਾਨੂੰ ਕਿੱਧਰ ਲੈ ਕੇ ਜਾ ਰਹੀਆਂ ਨੇ ਪੰਜਾਬ ਨੂੰ ਇਹ ਬੜੀ ਸੋਚਣ ਵਾਲੀ ਗੱਲ ਬਣੀ ਪਈ ਹੈ ਇਸ ਵਕਤ। ਇਹ ਇਨ ਬਿਨ ਉਸੇ ਤਰ੍ਹਾਂ ਦਾ ਮਸਲਾ ਹੈ ਜਿਹਦੇ ਵਿੱਚ ਥੋੜੀ ਸ਼ਾਸ ਵੀ ਹੈਗੀ ਆ ਔਰ ਜਿਹਦੇ ਵਿੱਚ ਤੁਸੀਂ ਦੱਸਿਆ ਕਿ ਕੁਝ ਏਰੀਆ ਕੁਝ ਜਗ੍ਹਾ ਦਾ ਕਬਜ਼ਾ ਸੀ ਜਿਹਨੂੰ ਛਡਵਾਉਣ ਲਈ ਪਹਿਲੋਂ ਦੋ ਨਹੰਗਾਂ ਦੇ ਜਿੱਥੇ ਬੰਦਿਆਂ ਆਪ ਵਿਚੋ ਲੜਾਈ ਹੋਈ ਉਹਨਾਂ ਦੀ ਜਿਸ ਵਿੱਚ ਬਲਬੀਰ ਸਿੰਘ ਬੁੱਢਾ ਦਾਲ 92 ਕਰੋੜੀਏ ਕਿਹਾ ਜਾਂਦਾ ਉਹਨਾਂ ਨੂੰ ਉਹ ਸੀਗੇ ਉਹਨਾਂ ਨੂੰ ਕਿਸੇ ਇੱਕ ਵਿਧਾਇਕ ਨੇ ਪਹਿਲੋਂ ਕਾਂਗਰਸ ਦੇ ਟਾਈਮ ਤੇ ਜਿਹੜਾ ਕਾਲ ਬੰਗਾ ਉਸ ਏਰੀਏ ਨੂੰ ਉਹਨਾਂ ਨੇ ਕਬਜ਼ਾ ਦਵਾ ਦਿੱਤਾ ਸੀ ਕਿ ਤੁਹਾਡਾ ਹੈਗਾ ਉੱਥੇ ਸ਼ੌਣੀ ਜਰੀ ਨਹੰਗਾਂ ਦੀ ਔਰ ਉਦੋਂ ਬਾਅਦ ਇਹਨਾਂ ਦੇ ਉਹਨਾਂ ਦੇ ਦੋ ਜਿਹੜੇ ਸੀ ਨਮਾਇंदे ਉਹ ਉਹਨਾਂ ਨੂੰ ਕਬਜ਼ਾ ਸੌਂਪ ਦਿੱਤਾ ਚਨਵੀ ਕਰੋੜੀ ਜਿਹੜੇ ਸੀਗੇ ਨਰਵੈਰ ਸਿੰਘ ਤੇ ਜਗਜੀਤ ਸਿੰਘ ਸੀਗੇ ਦੋ ਜਣ ਉਹ ਆਏ ਉਹਨਾਂ ਦਾ ਕਬਜ਼ਾ ਛਡਾਉਣ ਲਈ ਇਹਨਾਂ ਦੇ ਮਾਨ ਸਿੰਘ ਦੇ ਬੁੱਢਾ ਦਲ ਤੋਂ ਉਹ ਆਏ ਔਰ ਉਹਨਾਂ ਨੇ ਕਿਹਾ ਵੀ ਸਾਡਾ ਵੀ ਇੱਛਾ ਹਿੱਸਾ ਸਾਡਾ ਵੀ ਜਗ੍ਹਾ ਹੈਗੀ ਆ ਉਹ ਇਸੇ ਗੱਲ ਤੋਂ ਪਹਿਲੋ ਦਿਨ ਦੀ ਗੱਲਬਾਤ ਹੁੰਦੀ ਰਹੀ ਫਿਰ ਆਪਸੀ ਗਰਮਾ ਗਰਮੀ ਹੋਈ ਫਿਰ ਲੜਾਈ ਤੱਕ ਗੱਲ ਪਹੁੰਚ ਗਈ ਫਿਰ ਪੁਲਿਸ ਨੂੰ ਇਹਦੇ ਵਿੱਚ ਇੰਟਰਫੀਅਰ ਕਰਨਾ ਪਿਆ ਫਿਰ ਪੁਲਿਸ ਗਈ ਪੁਲਿਸ ਤੋਂ ਬਾਅਦ ਆਪਸੀ ਗੋਲਾਬਾਰੀ ਵੀ ਹੋਈ ਉਹਦੇ ਵਿੱਚ ਅਥਰੂ ਗੈਸ ਵੀ ਛੁੱਟਿਆ ਗਿਆ ਮਾਰਕਟਾਈ ਵੀ ਹੋਈ ਉਹਦੇ ਵਿੱਚ ਇੱਕ ਹੋਮਗਾਰਡ ਦਾ ਜਵਾਨ ਦਾ ਸ਼ਹੀਦ ਹੋ ਗਿਆ ਕੱਲ ਔਰ ਉਸ ਤੋਂ ਬਾਅਦ ਕੁਝ ਪੰਜ ਪੁਲਿਸ ਦੇ ਜ਼ਖਮੀ ਵੀ ਹੋਏ ਔਰ ਨਿਆਂਗਾਂ ਦੇ ਵੀ ਬਹੁਤ ਸੱਟਾਂ ਲੱਗੀਆਂ ਬੜੀ ਜੰਮ ਕੇ ਲੜਾਈ ਹੋਈ ਹੈ ਔਰ ਜੇ ਇਸ ਲੜਾਈ ਨੂੰ ਆਪਾਂ ਦੇਖਿਆ ਜਾਵੇ ਵੀ ਇਹਦੇ ਵਿੱਚ ਕੰਟਰੋਲ ਕਰਨਾ ਤਾਂ ਪੁਲਿਸ ਦਾ ਬਣਦਾ ਹੀ ਹੈ ਔਰ ਉਹਦੇ ਵਿੱਚ ਸਕਬੀਰ ਬਾਦਲ ਔਰ ਪ੍ਰਤਾਪ ਸਿੰਘ ਬਾਜਮਾਨ ਨੇ ਕਿਹਾ ਕਿ ਜੇ ਪਹਿਲੋਂ ਗੱਲ ਡਿਸਕਸ ਕਰ ਲੈਂਦੇ ਮੁੱਖ ਮੰਤਰੀ ਸਾਹਿਬ ਇਹਨਾਂ ਨਾਲ ਤੇ ਇਹ ਨੌਬਤ ਨਾ ਪਹੁੰਚਦੀ ਔਰ ਪੁਲਿਸ ਜਿਹੜੀ ਹੈ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਨਾ ਜਾਂਦੀ ਔਰ ਪੁਲਿਸ ਜਿਹੜਾ ਬੀਰ ਸਾਹਿਬ ਗੁਰਦੁਆਰਾ ਉਹਦੇ ਤੋਂ ਸਾਈਡ ਤੇ ਆ ਗਿਆ ਔਰ ਇਹ ਗੁਰਦੁਆਰਾ ਇਹਨਾਂ ਧਾਰਮਿਕ ਸਥਾਨ ਹੈਗਾ ਪੂਰੀ ਦੁਨੀਆ ਵਿੱਚ ਸ਼ਰਧਾਲੂ ਇੱਥੇ ਆਉਂਦੇ ਆ ਗੁਰੂ ਨਾਨਕ ਦੇਵ ਜੀ ਨੇ ਇੱਥੇ ਬਹੁਤ ਸਮਾਂ گزارਿਆ ਔਰ ਇੱਥੇ ਮੋਦੀ ਖਾਨੇ ਦੀ ਜਿਹੜੀ ਨੌਕਰੀ ਵੀ ਕੀਤੀ ਇੱਥੇ ਆ ਕੇ ਔਰ ਮੂਲ ਮੰਤਰ ਵੀ ਜਿਹੜਾ ਇੱਥੋਂ ਹੀ ਉਚਾਰਿਆ ਗਿਆ ਸੰਤ ਕਾੜ ਤੋਂ ਉਹਨਾਂ ਨੇ ਵੇਈਂ ਵਿੱਚ ਛੂਬੀ ਮਾਰ ਕੇ ਦੂਜੇ ਦਿਨ ਬਾਹਰ ਨਿਕਲੇ ਸੀ ਔਰ ਮੰਤਰ ਜਿਹੜਾ ਕੋ ਮੂਲ ਮੰਤਰਾ ਉਹਦਾ ਆਚਾਰਨ ਇੱਥੇ ਉਹਨਾਂ ਨੇ ਸਾਰਾ ਕੁਝ ਕੀਤਾ ਔਰ ਉੱਤੇ ਮੁਸਲਮਾਨ ਸਿੱਧ ਗੋਸ਼ਟ ਜਾਂ ਇੱਥੇ ਸਾਰਾ ਕੁਝ ਉਹਨਾਂ ਦੀਆਂ ਗੋਸ਼ਟੀਆਂ ਵੀ ਹੋਈਆਂ ਔਰ ਇਹ ਬੀਬੀ ਨਾਨਕੀ ਜੀ ਦਾ ਪਿੰਡ ਹੈਗਾ ਔਰ ਇੱਥੇ ਬੀਬੀ ਨਾਨਕੀ ਜੀ ਵਾਹ ਸੀਗੇ ਔਰ ਬਾਬਾ ਨਾਨਕ ਜੀ ਤਦੇ ਇੱਥੇ ਹੁੰਦੇ ਸੀਗੇ ਔਰ ਇਹਦਾ ਬਹੁਤ ਵੱਡਾ ਇਤਿਹਾਸ ਹੈ ਇਹ ਗੁਰਦੁਆਰਾ ਬੇਰ ਸਾਹਿਬ ਆ ਜਿੱਦ ਵਿੱਚ ਸਰਦਾਲੂ ਨਤਮਸਤ ਖੁੰਦੇ ਪੂਰੀ ਦੁਨੀਆ ਤੋਂ ਆਕੇ ਔਰ ਬਹੁਤ ਵੱਡਾ ਮੇਲਾ ਲੱਗਦਾ ਇੱਥੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਹੁਣ ਆਉਣ ਵਾਲਾ 27 ਤਰੀਕ ਨੂੰ ਔਰ ਉਹਦੇ ਵਿੱਚ ਬਹੁਤ ਵੱਡੇ ਜ਼ੋਰਾਂ ਨਾਲ ਤਿਆਰੀਆਂ ਹੋ ਰਹੀਆਂ ਸੀਗਾ ਤੇ ਵਿੱਚ ਇਹਨਾਂ ਨੇ ਇੱਕ ਇਹ ਆਪਣਾ ਕੰਮ ਛੱਡ ਦਿੱਤਾ ਔਰ ਨਿਹੰਗ ਸਿੰਘਾਂ ਨੇ ਬਹੁਤ ਜ਼ਿਆਦਾ ਉੱਥੇ ਨੁਕਸਾਨ ਪਹਚਾਇਆ ਮਸ਼ੀਨਰੀ ਸਰਕਾਰੀ ਨੂੰ ਔਰ ਆਪਸੀ ਲੜਾਈ ਨੂੰ ਔਰ ਆ ਉਹਦੇ ਵਿੱਚ ਬਹੁਤ ਜਥੇਬੰਦੀਆਂ ਇਕੱਠੇ ਹੋ ਗਈਆਂ ਇਹਨਾਂ ਦੇ 96 ਕਰੋੜੀਏ ਵੀ ਆਏ ਚੱਕਰਵਰਤੀ ਵੀ ਆਏ ਔਰ ਉਹਦੇ ਵਿੱਚ ਬਾਕੀ ਜਿਹੜੇ ਹੈਗੇ ਆ ਨਹਾਗ ਜਥੇਬੰਦੀਆਂ ਤਰਨਾਦ ਉਹਦੇ ਚੋ ਵੀ ਆਏ ਔਰ ਜਿੰਨੀਆਂ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਗਈਆਂ ਔਰ ਜੰਮ ਕੇ ਲੜਾਈ ਹੋਈ ਆ ਔਰ ਪੰਜਾਬ ਪੁਲਿਸ ਦੇ ਕਾਬੂ ਤੋਂ ਬਾਹਰ ਦੀ ਗੱਲ ਹੋ ਗਈ ਕਿਉਂਕਿ ਇਹਨਾਂ ਕੋਈ ਵੈਪਨ ਬਹੁਤ ਹੁੰਦੇ ਆ ਪਰ ਜਿੰਨੇ ਵੀ ਨਹਾਗ ਸਿੰਘ ਜਥੇਬੰਦੀਆਂ ਗਏ ਇਹਨਾਂ ਕੋ ਆਪਣੀਆਂ ਬੰਦੂਕਾਂ ਸੀ ਆਪਣੇ ਹਥਿਆਰ ਸੀ ਆਪਣੇ ਇਹਨਾਂ ਨੇ ਬੜੇ ਫਾਇਰ ਕੀਤੇ ਲਗਾਤਾਰ ਫਾਇਰਿੰਗ ਕੀਤੀ ਇਹਨਾਂ ਨੇ ਔਰ ਇੱਕ ਹੰਦਾ ਕਿ ਜਦੋਂ ਨਿਆਂਗ ਕੋਈ ਹਥਿਆਰ ਖਰੀਦਦਾ ਜਦੋਂ ਬੰਦੂਕ ਲੈਂਦੇ ਆ ਰਾਈਫਲ ਖਰੀਦਦੇ ਆ ਇਹ ਡਿਪਟੀ ਕਮਿਸ਼ਨਰ ਕੋ ਪਰਮਿਸ਼ਨ ਨਹੀਂ ਲੈਂਦੇ ਇਹਨਾਂ ਦਾ ਆਪਣਾ ਜਥੇ ਹੁੰਦਾ ਜਥੇਦਾਰ ਆਪਣੇ ਇਹਨਾਂ ਦੇ ਜਥੇ ਦਾ ਔਰ ਉਹਨਾਂ ਨੂੰ ਪਰਮਿਸ਼ਨ ਹੋ ਗਈ ਔਰ ਅਪਰੂਵਲ ਹੁੰਦੀ ਉਹਦੀ ਉਹਨਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਇਸ ਕਰਕੇ ਇਹਨਾਂ ਕੋ ਹਥਿਆਰ ਬੰਦੇ ਵੀ ਬਹੁਤ ਹੁੰਦੀ ਹੈ ਜਿਸ ਤਰ੍ਹਾਂ ਅ ਅਮਰੀਕਾ ਚ ਅਮਰੀਕਾ ਚ ਜਦੋਂ ਤੁਸੀਂ 50 ਸਟੇਟਾਂ ਚ ਕੋਈ ਹਥਿਆਰ ਖਰੀਦਦੇ ਜੇ ਤੁਹਾਨੂੰ ਕੋਈ ਨਹੀਂ ਹੈਗੀ ਜ਼ਰੂਰਤ ਕੋਈ ਉੱਥੋਂ ਪਰਮਿਸ਼ਨ ਲਾਉਣਗੇ ਸਿੱਧੇ ਕਰ ਖਰੀਦਦੇ ਤਦੇ ਉੱਥੇ ਗਨ ਕਲਚਰ ਬਹੁਤ ਹੈ ਸਾਡੇ ਵਿੱਚ ਵੀ ਜਿਹੜੇ ਨਿਆਂਗ ਜਥੇਬੰਦੀਆਂ ਨੇ ਨਾ ਕੋ ਜਿੰਨੇ ਵੀ ਵਾਪਨ ਆ ਗਿਆ ਸਾਰੇ ਦੇ ਇਤਿਆਰ ਸਾਰੇ ਜਥੇਦਾਰ ਦੀ ਅਪਰੂਵਲ ਤੋਂ ਹੁੰਦੀ ਆ ਔਰ ਉਹ ਬਕਾਇਦਾ ਤੌਰ ਤੇ ਉਹਨਾਂ ਨੇ ਚਲਾਏ ਵੀ ਆ ਔਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਹੁਣ ਉਹਨੂੰ ਉਹਨਾਂ ਨੂੰ ਰਾਤ ਦਿੱਤੀ ਜਿਹਦੇ ਹੋਮਗਾਰਡ ਦਾ ਜਵਾਨ ਮਾਰਿਆ ਗਿਆ ਉਹਨੂੰ ਇਹਨਾਂ ਨੇ 1 ਕਰੋੜ ਰੁਪਇਆ ਉਹ ਦਿੱਤਾ ਵਾ ਇੱਕ HDFC ਬੈਂਕ ਦੀ ਰਾਇਮ ਦਿੱਤਾ 2 ਕਰੋੜ ਰੁਪਏ ਦੀ ਰਾਤ ਦਿੱਤੀ ਆ ਉਹਦੇ ਬੱਚਿਆਂ ਨੂੰ ਉਹਦੇ ਦੋ ਮੁੰਡਿਆਂ ਨੂੰ ਨੌਕਰੀ ਦੇ ਵੀ ਇਹਨਾਂ ਨੇ ਕਿਹਾ ਕੋਈ ਅਰੀਬ ਆਦਮੀ ਸੀ ਵਿਚਾਰਾ ਔਰ ਹੋਮਗਾਰਡ ਦੇ ਜਿਹੜੇ ਆ ਨੌਕਰੀ ਕਰਦੇ ਆ ਪੱਕੇ ਨਹੀਂ ਹੁੰਦੇ ਔਰ ਉਹਨਾਂ ਨੂੰ ਇਹ ਵੀ ਲੋਕਾਂ ਨੇ ਕਿਹਾ ਕਿ ਇਹਨਾਂ ਨੂੰ ਜੇ ਕੰਮ ਲੈ ਰਹੇ ਜ ਪੰਜਾਬ ਪੁਲਿਸ ਦਾ ਵਾਂਗੂ ਕੰਮ ਲੈਂਦੇ ਪਰ ਉਹਨਾਂ ਨੂੰ ਸਹੂਲਤ ਪੂਰੀ ਨਹੀਂ ਹੈਗੀ ਔਰ ਉਹ ਵਿਚਾਰੇ ਮਾਰੇ ਗਏ ਉੱਥੇ ਕਿਉਂਕਿ ਹਥਿਆਰ ਵੀ ਉਹਨਾਂ ਕੋਲ ਚਲਾਏ ਹੁੰਦੇ ਕੋ ਬਹੁਤੇ ਵਾਪਨ ਸ਼ਾਰਪੂਨ ਨਹੀਂ ਹੁੰਦੇ ਇਸੇ ਕਰਕੇ ਵਿਚਾਰਾ ਡਿਊਟੀ ਦੇਂਦਾ ਦਿੰਦਾ ਉੱਥੇ ਮਾਰਿਆ ਗਿਆ ਔਰ ਇਹ ਗਲਤ ਗੱਲ ਹੈਗੀ ਹੈ ਕਿ ਤੁਸੀਂ ਆਪਣੇ ਉਸ ਧਾਰਮਿਕ ਸਥਾਨ ਤੇ ਇਸ ਤਰ੍ਹਾਂ ਦੀ ਬੇਹੂਦਗੀ ਔਰ ਇਸ ਤਰ੍ਹਾਂ ਦਾ ਕੰਮ ਲੜਾਈ ਝਗੜਾ ਕਰਦੇ ਜਿੱਥੇ ਤੁਸੀਂ ਨਤਮਸਤ ਹੋਣਾ ਜਿੱਥੇ ਤੁਸੀਂ ਆਪਣੇ ਅਸ਼ੀਰਵਾਦ ਨਾਲ ਜਾਣਾ ਜਿੱਥੇ ਗੁਰਬਾਣੀ ਸੁਣਨੀ ਆ ਜਿੱਥੇ ਸ਼ਾਂਤੀ ਲੈਣੀ ਆ ਔਰ ਜਿੱਥੇ ਮਾਨਸਿਕ ਤੌਰ ਤੇ ਤੁਸੀਂ ਆਪਣੇ ਨਾਲ ਜੁੜਨਾ ਧਾਰਮਿਕ ਤੌਰ ਤੇ ਉੱਥੇ ਜਾਣਾ ਉੱਥੇ ਤੁਸੀਂ ਲੜਾਈ ਕਰ ਰਹੇ ਜੇ ਉੱਥੇ ਤੁਸੀਂ ਪਗੋਥੀ ਹੋ ਰਹੇ ਜੇ ਉੱਥੇ ਤੁਸੀਂ ਡਾਂਗ ਛੋਟਾ ਚਲਾ ਰਹੇ ਜੇ ਗੋਲੀਆਂ ਚਲਾ ਰਹੇ ਜੇ ਇਹ ਬਹੁਤ ਵੱਡਾ ਨੁਕਸਾਨ ਦੇ ਮਾਮਲਾ ਸੀਗਾ ਨੁਕਸਾਨ ਦੇ ਮਾਮਲਾ ਤਾਂ ਹੈ ਹੀ ਹੈ ਔਰ ਇਸੋ ਵਾਅਵੇ ਨੇ ਦੰਦਾ ਕਿਦਰੋਂ ਵੀ ਕੋਈ ਵੀ ਗਲਤੀ ਹੋਈ ਹੋਵੇ ਕਿਉਂਕਿ ਅਸੀਂ ਹਮੇਸ਼ਾ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਆ ਕਿ ਹਰ ਗੱਲ ਸੰਵਾਦ ਦੇ ਨਾਲ ਹੱਲ ਹੋ ਸਕਦੀ ਹੈ ਲੜਾਈ ਝਗੜੇ ਤੋਂ ਬਾਅਦ ਕਿਸੇ ਦੀ ਜਾਨ ਵੀ ਜਾਂਦੀ ਹੈ ਉਸ ਤੋਂ ਬਾਅਦ ਫਿਰ ਬਹਿ ਕੇ ਗੱਲ ਹੋਣੀ ਆ ਫਿਰ ਸ਼ਾਂਤੀ ਨਾਲ ਗੱਲ ਹੋਣੀ ਪੰਜਾਬੀ ਨੂੰ ਆਤਾ ਇਹ ਪਹਿਲੋਂ ਗੁੱਥਮ ਗੱਥਾ ਹੁੰਦੇ ਆ ਲੜਾਈ ਝਗੜਾ ਹੁੰਦੇ ਆ ਫਿਰ ਲੜਾਈ ਝਗੜਾ ਹੋਣ ਤੋਂ ਬਾਅਦ ਜਦੋਂ ਲੱਤਾਂ ਪੈਰ ਵੱਡੇ ਜਾਂਦੇ ਆ ਫਿਰ ਸਮਝਾਉਤੇ ਵਾਲੇ ਪਾਸੇ ਹੁੰਦੇ ਆ ਜਦੋਂ ਫੱਟੜ ਹੋ ਜਾਂਦੇ ਆ ਜਦੋਂ ਚਲਣ ਤੋਂ ਆਤਰ ਹੋ ਜਾਂਦੇ ਆ ਜਦੋਂ ਸੋਚਣ ਤੋਂ ਬਾਹਰ ਹੋ ਜਾਂਦੀ ਗੱਲ ਫਿਰ ਇਹ ਸਮਝਾਤਾ ਚਾਲ ਅਜੇ ਆਉਂਦੇ ਆ ਜੋ ਸਮਝਾਤਾ ਕਰ ਲਈਏ ਹੁਣ ਉੱਥੇ ਕਰਫੂ ਲੱਗਿਆ 145 ਘੰਟੇ ਲਈ ਪੁਲਿਸ ਨੇ ਹੁਣ ਇਹ ਪੰਜਾਬ ਗਵਰਨਮੈਂਟ ਦੇ ਹੱਥ 'ਚ ਆਇਆ ਸਾਰਾ ਇਸ ਤਰ੍ਹਾਂ ਇਹ ਜਿਸ ਨੇ ਤਰਨ ਸਾਹਿਬ ਦਾ ਵੀ ਹੋਇਆ ਸੀ ਤਰਨ ਸਾਹਿਬ ਵੀ ਇਸੇ ਤਰ੍ਹਾਂ ਦੀ ਲੜਾਈ ਹੋਈ ਸੀਗੀ ਉੱਥੇ ਵੀ ਗੱਡੀਆਂ ਸਾੜੀਆਂ ਗਈਆਂ ਕਈ ਕੁਝ ਹੋਇਆ ਹੁਣ ਵੀ ਉੱਥੇ ਜਿਹੜਾ ਐਡਮਿਨਿਸਟ੍ਰੇਸ਼ਨ ਜਿਹੜਾ ਕਰ ਰਹੀ ਹੈ ਜੋ ਕਰ ਰਿਹਾ ਹੈ ਕੋ ਪੰਜਾਬ ਗਵਰਨਮੈਂਟ ਕੋਲ ਹੈਗਾ तहसीलदार साहब ਉੱਤੇ ਬੈਠੇ ਰਸੀਬਰ ਨੇ ਉਹ ਹੀ ਸਾਰਾ ਦੇਖੋਖਾ ਜਾਂ ਜਿਹੜਾ ਚੜਾਵਾ ਚੜਦਾ ਉਹਦਾ ਸਾਰਾ ਹਿਸਾਬ ਤਾਬੂ ਰੱਖਦੇ ਆ ਔਰ ਇਹ ਧਾਰਮਿਕ ਸਾਨ ਸਲਤਨਪੁਰ ਸਾਹਿਬ ਇਹਨਾਂ ਧਾਰਮਿਕ ਸਾਨ ਆ ਕਿ ਪੂਰੀ ਦੁਨੀਆ ਵਿੱਚ ਸ਼ਰਧਾਲੂ ਆ ਕੇ ਇੱਥੇ ਪਹੁੰਚਦੇ ਆ ਔਰ ਉਹ ਦੂਸਰਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਆ ਰਿਹਾ ਉਹਦੀਆਂ ਤਿਆਰੀਆਂ ਪੂਰੇ ਜ਼ੋਰਾਂ ਤੇ ਸੀਗੀਆਂ ਔਰ ਇਹਨਾਂ ਨੇ ਇਹ ਰਫੜਾ ਪਾ ਲਿਆ ਇਸ ਲੜਾਈ ਲਈ ਕਰ ਲੇ ਕਬਜ਼ਾ ਲੈਣ ਦਿਖਾ ਦੇ ਗੁਰੂ ਘਰ ਹੈਗਾ ਕਬਜ਼ਾ ਸਾਰਿਆਂ ਦਾ ਹੈ ਸਾਰੇ ਦੁਨੀਆ ਦਾ ਹੈ ਸ਼ਰਧਾਲੂਆਂ ਦਾ ਹੈਗਾ ਇੱਕ ਜਥੇਬੰਦੀ ਦਾ ਕਬਜ਼ਾ ਕੀ ਹੁੰਦਾ ਚਲੋ ਪਾਗੇ ਵਧੀਆ ਹੁਣ ਜੀ 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 ਸੋ ਅਗਲੀ ਗੱਲ ਹੈ ਕਿ ਬਰਤਾਨੀਆਂ ਦੇ ਵਿੱਚ ਹੁਨਰਮੰਦ ਕਾਮਿਆਂ ਦੀ ਜੋ ਲੋੜ ਰਹਿੰਦੀ ਹੈ ਉੱਥੋਂ ਪੰਜਾਬ ਤੋਂ ਵੀ ਲੋਕ ਜਾਂਦੇ ਨੇ ਭਾਰਤ ਤੋਂ ਵੀ ਜਾਂਦੇ ਨੇ ਜੀ ਔਰ ਕਹਿੰਦੇ ਨੇ ਕਿ ਭਾਰਤੀਆਂ ਦਾ ਉੱਥੇ ਦਬਦਬਾ ਹੈ ਬਰਤਾਨੀਆਂ ਦੇ ਵਿੱਚ ਨੌਕਰੀਆਂ ਦੇ ਵਿੱਚ ਤੇ ਪੰਜਾਬੀ ਵੀ ਸਿਰ ਕੱਢਣੇ ਉੱਤੇ ਬਹੁਤ ਮੋਢੀ ਨੇ ਸੋ ਇਹ ਸਾਡੇ ਵਾਸਤੇ ਫਕਰ ਦੀ ਗੱਲ ਹੈ ਕਿ ਬਰਤਾਨੀਆਂ ਵਿੱਚ ਵੀ ਜਾ ਕੇ ਆਪਸੀ ਆਪਣੇ ਹੁਨਰ ਦਾ ਲੋਹਾ ਮਨਵਾਉਨੇ ਆ ਵੈਸੇ ਜਿੱਤੇ ਤੁਸੀਂ ਮੈਨੂੰ ਇਹ ਗੱਲ ਤੇ ਥੋੜਾ ਜਿਆਦਾ ਆ ਸਾ ਵੀ ਆ ਰਿਹਾ ਕਿ ਜਿੱਥੇ ਤੁਸੀਂ ਕਹਿੰਦੇ ਲੜਾਕੂ ਆ ਜਿੱਥੇ ਇੱਕ ਦੂਜੇ ਨੂੰ ਮਾਰ ਦਿਆ ਜਿੱਥੇ ਇੱਕ ਦੂਜੇ ਦਾ ਕੁਝ ਛੱਡਦੇ ਨਹੀਂ ਦੂਜੇ ਪਾਸੇ ਜਦੋਂ ਚ ਆੜ ਦੀ ਗੱਲ ਹੁੰਦੀ ਹੈ ਹੁਨਰ ਦੀ ਗੱਲ ਹੁੰਦੀ ਹੈ ਫਿਰ ਵੀ ਇਹ ਮੋਰੀ ਬਣਦੇ ਪੰਜਾਬ ਦੇ ਲੋਕ ਮੈਂ ਉਧਰ ਹੀ ਲੈ ਕੇ ਜਾਣਾ ਚਾਹੁੰਦਾ ਸੀਗਾ ਕਿ ਅਸਲੀ ਕਲਾ ਇਹ ਹੈ ਜੋ ਬਾਬੇ ਨਾਨਕ ਨੇ ਦਿੱਤੀ ਹੈ ਤੁਸੀਂ ਕਿੱਧਰ ਤੁਰ ਪਏ ਜੀ ਜੀ ਬਿਲਕੁਲ ਜਿੱਥੇ ਤੁਹਾਡੀ ਜਿੱਥੇ ਤੁਸੀਂ ਸ਼ਾਂਤੀ ਨਾਲ ਕੰਮ ਕਰਨਾ ਜਿੱਥੇ ਕਲਾ ਨਾਲ ਕੰਮ ਕਰਨਾ ਜਿੱਥੇ ਹੁਨਰ ਦਿਖਾਉਣਾ ਉਹ ਗੱਲ ਤੁਹਾਡੀ ਬਹੁਤ ਵੱਡੀ ਹੈ ਮਾਰਕੇਦਾਰ ਤੁਸੀਂ ਉਸ ਗੱਲ ਤੇ ਪੂਰੇ ਉਤਰੇ ਜੇ ਬਿਲਕੁਲ ਔਰ ਬਰਤਾਨੀਅਰ ਕੀ ਤੇਸ ਤੁਸੀਂ ਜਾ ਕੇ ਕੰਮ ਕਰਨਾ ਔਰ ਉੱਥੋਂ ਦੇ ਲੋਕਾਂ ਨਾਲ ਮੇਲਜੋਲ ਕਰਨਾ ਔਰ ਕੰਮ ਤੁਹਾਨੂੰ ਆਪ ਦਿੰਦੇ ਲੋਕ ਬਾਜਾ ਮਾਰਦੇ ਕੰਮ ਆਉਂਦਾ ਭਾਈ ਇੱਥੇ ਆ ਜਾਓ ਜਿਹੜੇ ਇੱਕੋ ਥੇ ਇਹ ਵੀ ਗੱਲ ਹੈ ਜਿੱਥੇ ਟਰੱਕ ਡਰਾਈਵ ਕਰਨਾ ਬਡੀ ਹੈਵੀ ਗੱਡੀ ਚਲਾਉਣੀ ਹੈ ਹੈਵੀ ਲਾਇਸੈਂਸ ਲੈ ਕੇ ਜਾਂਦੇ ਆ ਉਹ ਮੁੰਡੇ ਪੰਜਾਬ ਚੋਂ ਹੀ ਗਏ ਆ ਔਰ ਉਹਨਾਂ ਨੇ ਉੱਥੇ ਬਹੁਤ ਵੱਡਾ ਕੰਮ ਕੀਤਾ ਔਰ ਉੱਥੇ ਜਿਹੜਾ ਆਵਾਜਾਈ ਦਾ ਜਿਹੜਾ ਵਰਕ ਜਿਹੜਾ ਕੰਮ ਕਰਨਾ ਸੀ ਜੀ ਤੇ ਸਮਾਨ ਲੋਡ ਅਨਲੋਡ ਹੁੰਦਾ ਸੀ ਉਹ ਪੰਜਾਬੀ ਕਰਦੇ ਸੀਗੇ ਔਰ ਉੱਥੇ ਬਹੁਤਾ ਜਿਆਦਾ ਇੱਕ ਰਾਸ਼ਪਾਤ ਹੈਗਾ ਭੀੜ ਵੀ ਬਹੁਤ ਜਿਆਦਾ ਉਹਦੇ ਵਿੱਚੋਂ ਤੇ ਟਰੱਕ ਕੱਢ ਕੇ ਲੈ ਕੇ ਜਾਉਣਾ ਸੁਰਗਾ ਜੋ ਟਰੱਕ ਚਲਾਉਣੇ ਪੰਜਾਬੀਆਂ ਦਾ ਕੰਮ ਸੀਗਾ ਔਰ ਉਹਦੇ ਨਾਲ ਨਾਲ ਫੈਕਟਰੀਆਂ ਦੇ ਵਿੱਚ ਕੰਮ ਕਰਨਾ ਹਨਾ ਜਿਹਦੇ ਵਿੱਚ ਕੁਝ ਕੱਪੜੇ ਬਣ ਰਹੇ ਆ ਸ਼ੂਜ਼ ਬਣ ਰਹੇ ਆ ਹਨਾ ਜਿਹਦੇ ਵਿੱਚ ਕਈ ਜਗ੍ਹਾ ਤੇ ਜਿਹੜੀ ਤੁਹਾਡੇ ਪਬਲਿਕੇਸ਼ਨ ਦੀਆਂ ਕਿਤਾਬਾਂ ਛਾਪ ਰੀਆਂ ਜਿੱਥੇ ਵੀ ਸਾਰੇ ਕੰਮਾਂ 'ਚ ਮਾਰ ਆ ਔਰ ਇਹਨਾਂ ਨੇ ਕੰਮ ਕੀਤਾ ਉੱਥੇ ਔਰ ਇਸ ਕਰਕੇ ਆ ਗਿਆ ਕਿ ਇੰਡੀਆ ਸਭ ਤੋਂ ਅੱਗੇ ਰਿਹਾ ਜਿੱਥੇ ਬਾਕੀ ਦੇਸ਼ ਵੀ ਬੈਠੇ ਉੱਥੇ ਇੰਡੀਆ ਚ ਪੰਜਾਬ ਸਭ ਤੋਂ ਮੋਹਰੀ ਰਿਹਾ ਔਰ ਇਹਦੇ ਚ ਡਾਕਟਰ ਉਹਦੇ ਚ ਵਕੀਲ ਉਹਦੇ ਚ ਪ੍ਰੋਫੈਸ਼ਨ ਸਾਰੇ ਜਿਹੜੇ ਜੁੜਦੇ ਆ ਸਾਰੇ ਸਾਰੇ ਗਏ ਆ ਸਾਡੇ ਇੰਜੀਨੀਅਰ ਮੁੰਡੇ ਇੱਥੋਂ ਡਿਗਰੀਆਂ ਕਰਕੇ ਉੱਥੇ ਜਾ ਕੇ ਕੰਮ ਕਰ ਰਹੇ ਆ ਇਹ ਬੜੀ ਵੱਡੇ ਮਾਣ ਵਾਲੀ ਸਤਕਾਰ ਵਾਲੀ ਔਰ ਬੜੀ ਸ਼ੋਹਰਤ ਵਾਲੀ ਗੱਲ ਹੈ ਕਿ ਸਾਡੇ ਪੰਜਾਬੀ ਉੱਥੇ ਪਹੁੰਚੇ ਨੇ ਔਰ ਉੱਥੋਂ ਦੀ ਜਿਹੜੀ ਵਿਤੀ ਸਥਿਤੀ ਆ ਉਹਨੂੰ ਵੀ ਇਹਨਾਂ ਨੇ ਪ੍ਰੋਮੋਟ ਕੀਤਾ। ਪੂਰਨਚਲ ਤੌਰ ਤੇ ਵੀ ਜੇ ਕੰਮ ਕਰਦੇ ਆ ਤਾਂ ਉਹਦੀ ਪ੍ਰੋਡਕਟ ਉੱਥੇ ਬਣ ਕੇ ਵਿਕਦੀਆਂ। ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਡੇਢੀ ਦੀ ਔਰ ਜਿਹੜਾ ਮੁਰਗੀ ਪਾਲਣ ਦੀ ਪੰਜਾਬ ਵਿੱਚ ਹੁੰਦੀ ਸੀ ਔਰ ਪੰਜਾਬ ਇਹਨਾਂ ਨੇ ਕਿਹਾ ਕਿ ਪ੍ਰੋਡਕਟ ਜਿਹੜੀਆਂ ਦੁੱਧ ਦੀਆਂ ਬਣੀਆਂ ਨੇ ਮਿਲਕ ਦੀਆਂ ਪ੍ਰੋਡਕਟਾਂ ਆ ਗਿਆ ਬਾਹਰਲੇ ਦੇਸ਼ਾਂ ਵਿੱਚ ਜੋ ਡੱਬੇ ਬੰਦ ਕਰਕੇ ਜਿੱਦਾਂ ਸ਼ਾਇਦ ਹਾਂ ਦੇ ਵੀ ਕੀਪਿੰਗ ਵੀ ਇਹ ਕਰਦੇ ਸੀਗੇ ਇਦਾਂ ਦੇ ਕੰਮ ਕਰਨੇ ਚਾਹੀਦੇ ਆ ਲੜਾਈ ਤੋਂ ਦੂਰ ਰਹਿਣਾ ਚਾਹੀਦਾ ਤਾਂ ਕਿ ਲੋਕ ਖਿਸ਼ਾਲ ਹੋ ਜਾਣ, ਬੱਚੇ ਚੰਗਾ ਪੜ੍ਹ ਲਿਖ ਜਾਣ। ਤੰਦਰੁਸਤ ਰਹਿਣ ਔਰ ਘਰ ਵਿੱਚ ਸਾਰੇ ਪਾਸੇ ਖੁਸ਼ਹਾਲੀ ਚਾਹੀਏ ਐਗਜ਼ੈਕਟਲੀ ਇਹ ਚਾਹੀਦੀ ਵੀ ਹੈ ਖੁਸ਼ਹਾਲੀ ਵਾਸਤੇ ਹੀ ਤਾਂ ਇੰਨੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਬਿਲਕੁਲ ਔਰ ਜੋ ਅਮਰੀਕਾ ਦਾ ਸੰਵਿਧਾਨ ਉਹਦੇ ਵਿੱਚ ਤੇ ਲਿਖਿਆ ਹੋਇਆ ਪਰਸੂਟ ਆਫ ਹੈਪੀਨੈਸ ਕਿ ਆਪਾਂ ਖੁਸ਼ੀ ਦੇ ਪਿੱਛੇ ਕਿਵੇਂ ਦੌੜਦੇ ਹਾਂ ਔਰ ਖੁਸ਼ੀ ਨੂੰ ਹਾਸਲ ਕਰਨ ਵਾਸਤੇ ਕੀ ਕੀ ਯਤਨ ਕਰਦੇ ਹਾਂ ਸੋ ਅਗਲੀ ਗੱਲ ਆਪਾਂ ਕਰਦੇ ਹਾਂ ਕਿ ਭਾਰਤ ਵੱਲੋਂ ਵੀ ਕੈਨੇਡਾ ਲਈ ਕੈਨੇਡਾ ਦੇ ਜਿਹੜੇ ਨਾਗਰਿਕ ਉਹਨਾਂ ਦੇ ਲਈ ਈ ਵੀਜ਼ਾ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਨੇ ਜਿੱਦਾਂ ਮੈਂ ਗੱਲ ਦੇ ਵਿਚਕਾਰ ਵੀ ਕਿਹਾ ਸੀਗਾ ਕਿ ਨਿਜਰ ਹੱਦ ਦਾ ਕੰਡ ਮਾਮਲੇ ਦੇ ਵਿੱਚ ਦੋਨੋਂ ਗਵਰਨਮੈਂਟਸ ਇੱਕ ਦੂਜੇ ਦਾ ਸਾਥ ਦੇਣ ਲਈ ਤਿਆਰ ਨੇ ਵੀਜ਼ੇ ਦੀਆਂ ਸੇਵਾਵਾਂ ਖੋਲ ਦਿੱਤੀਆਂ ਗਈਆਂ ਨਹੀਂ ਹੁਣ ਭਾਰਤ ਵੱਲੋਂ ਵੀ ਕੈਨੇਡੀਅਨਸ ਵਾਸਤੇ ਵੀ ਈ ਵੀਜ਼ਾ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਨੇ ਹਾਂਜੀ ਖੰਨਾ ਜੀ ਬੜੀਆਂ ਖੁਸ਼ਖਬਰੀਆਂ ਲਿਆ ਰਹੇ ਜੇ ਤੁਸੀਂ ਬਰਤਾਨੀਆਂ ਦੇ ਵਿੱਚ ਬਹੁਤ ਵੱਡੀ ਗੱਲ ਕਰਕੇ ਕਿ ਪੰਜਾਬੀਆਂ ਦਾ ਯੋਗਦਾਨ ਕੀ ਹੈਗਾ ਹੁਣ ਤੁਸੀਂ ਦੂਜੇ ਪਾਸੇ ਕਿ ਜਿਹੜੀ ਈ ਵੀਜ਼ੇ ਦੀ ਸਬਦਾ ਸੀਗੀ ਜਾਂ ਜਿਹੜੀ ਉਹ ਚ ਮਾਮਲਾ ਵਿਗੜਿਆ ਪਿਆ ਸੀਗਾ ਉਹ ਬਿਲਕੁਲ ਲਾਈਨ ਤੇ ਆ ਗਿਆ ਔਰ ਉਹਦੇ ਵਿੱਚ ਜਿਹੜੀ ਸਾਡੀ ਇੰਡੀਅਨ ਗਵਰਨਮੈਂਟ ਸੀਗੇ ਇਹਨਾਂ ਨੇ ਬਿਆਨ ਕੀਤਾ ਸੀਗਾ ਕਿ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਨੇ ਜਿਹੜੇ ਉੱਥੇ ਬੈਠੇ ਨੇ ਭਾਰਤ ਦੇ ਮੂਲ ਵਾਸੀ ਜਿਹੜੇ ਉੱਥੇ ਪਰਮਨੈਂਟ ਦੇ ਤੌਰ ਤੇ ਬੈਠੇ ਸੀ ਜਿਹੜੇ ਉੱਥੋਂ ਦੇ ਸਿਟੀਜ਼ਨ ਸੀਗੇ ਉਹਨਾਂ ਤੇ ਰੋਕ ਲਾਈ ਸੀ ਔਰ ਉਹਦੇ ਵਿੱਚ ਉਹ ਨਾਂ ਤੇ ਵਿਚਾਰੇ ਦਿਵਾਲੀ ਤੇ ਪਹੁੰਚੇ ਨੇ ਵਿਆਹ ਸ਼ਾਦੀ ਤੇ ਔਰ ਉਹਨਾਂ ਦੇ ਸਾਰੇ ਪਰਿਵਾਰ ਭਾਰਤ ਵਿੱਚ ਪੰਜਾਬ ਵਿੱਚ ਨੇ ਹਰੋ ਬਚਾਰੇ ਇਸ ਗੱਲ ਤੋਂ ਬਿਲਕੁਲ ਦੂਰ ਚਲੇ ਗਏ ਕਿ 2 ਮਹੀਨੇ ਤੋਂ ਪਹਿਲਾਂ ਇਹਨਾਂ ਨੇ ਬੈਨ ਕਰਤਾ ਸੀਗਾ ਉਹ ਇਸ ਕਰਕੇ ਬੈਨ ਹੋਇਆ ਕਿ ਟੂਡੋ ਸਾਹਿਬ ਨੇ ਜਦੋਂ ਹਰਦੀਪ ਨਿੱਜਰ ਦਾ ਮਾਮਲਾ ਆਇਆ ਕਤਲ ਦਾ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਇਹ ਤੁਹਾਡੇ ਹੀ ਏਜੰਟਾਂ ਨੇ ਇੱਥੇ ਦਿਲ ਬੈਠੇ ਨੇ ਉਹਨਾਂ ਨੇ ਕਤਲ ਕੀਤਾ ਵੀਡੀਓ ਸਾਡੇ ਕੋਲ ਹੈ ਸਬੂਤ ਸਾਡੇ ਕੋਲ ਆ ਔਰ ਤੁਸੀਂ ਇਸ ਗੱਲ ਤੇ ਆਪ ਸਾਡਾ ਸਹਿਯੋਗ ਦਿਓ ਅਸੀਂ ਤੁਹਾਡੇ ਨਾਲ ਮਿਲ ਕੇ ਗੱਲ ਕਰਦੇ ਹਾਂ ਔਰ ਜਿਹੜੇ ਵੀ ਏਜੰਸੀਆਂ ਇਹ ਕੰਮ ਕਰਦੀਆਂ ਉਹਨਾਂ ਨੂੰ ਇੱਥੋਂ ਦੇਸ਼ ਨਕਾਲਾ ਦੇ ਕੇ ਬਾਹਰ ਕੱਢਿਆ ਜਾਵੇ ਔਰ ਇਹਦੇ ਵਿੱਚ ਇਹਨਾਂ ਨੇ ਕੁਦਰਤੀ ਤਾਂ ਇਹਨਾਂ ਨੇ ਕਹਿਤਾ ਕਿ ਉਹ ਤਾਂ ਜਿਹੜੀ ਗੱਲ ਹੈਗੀ ਹੈ ਪਰ ਸਾਡੇ ਜਿਹੜੇ ਸਿਟੀਜ਼ਨ ਨੇ ਇੰਡੀਆ ਚ ਪ੍ਰਵੇਸ਼ ਨਹੀਂ ਕਰਨਗੇ ਇਹਨਾਂ ਤੇ ਰੋਕ ਲਾਤੀ ਪਰ ਇਹਨਾਂ ਚਾਰ ਕੈਟਾਗਰੀ ਜਿਹੜੀ ਹੈ ਡਾਕਟਰ ਦੀ ਸੀ ਜਿਹਦੇ ਵਿੱਚ ਕਾਨਫਰੰਸ ਸੀ ਕਿ ਚਾਰ ਕੈਟਾਗਰੀ ਇਹਨਾਂ ਨੇ ਪਹਿਨੋ ਅਲਾਉ ਕਰਤਾ ਸੀ ਵੀ ਆ ਸਕਦੀਆਂ ਪਰ ਈ ਵੀਜ਼ਾ ਇਹਨਾਂ ਨੇ ਬੈਨ ਰੱਖਿਆ ਸੀਗਾ ਉਹ ਕੱਲ ਹੀ ਇਹਨਾਂ ਨੇ ਓਕੇ ਕਰ ਦਿੱਤਾ ਉਹਦੇ ਵਿੱਚ ਹੁਣ ਸਾਡੇ ਜਿਹੜੇ ਵੱਡੀ ਖੁਸ਼ਖਬਰੀ ਹੈ ਸਾਡੇ ਐਨ ਆਰ ਆਈ ਵੀਰਾਂ ਲਈ ਜਿਹੜੇ ਕੈਨੇਡਾ ਵਿੱਚ ਬੈਠੇ ਨੇ ਉਹ ਜਦੋਂ ਮਰਜੀ ਆ ਸਕਦੇ ਆ ਇੰਡੀਆ ਚ ਆਪਣੇ ਪੰਜਾਬ ਚ ਆ ਸਕਦੇ ਆ ਹੁਣ ਵਿਆਹ ਸ਼ਾਦੀਆਂ ਦੇ ਤੌਰ ਚੱਲਣ ਜਾਂ ਮਾਰਚ ਤੱਕ ਫਰਵਰੀ ਤੱਕ ਉਹਨਾਂ ਦੇ ਵਿੱਚ ਆ ਕੇ ਸ਼ਾਮਲ ਹੋ ਸਕਦੇ ਆ ਔਰ ਉਹਦੇ ਵਿੱਚ ਜਿਹੜੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਆ ਰਿਹਾ ਉਹਦੇ ਵਿੱਚ ਸ਼ਾਮਲ ਹੋਣ ਲਈ ਆਉਣਗੇ ਲੋਕ ਕਰਤਾਰਪੁਰ ਸਾਹਿਬ ਦਰਸ਼ਨ ਕਰਨਗੇ ਲਨਕਾਣਾ ਸਾਹਿਬ ਦੇ ਦਰਸ਼ਨ ਕਰਨਗੇ ਸultanpur Lodhi ਸਾਹਿਬ ਦੇ ਵੀ ਦਰਸ਼ਨ ਕਰਨ ਲਈ ਆਉਣਗੇ ਦਰਬਾਰ ਸਾਹਿਬਾਂ ਸਰ ਲਈ ਵੀ ਆਉਣਗੇ ਖਾਸ ਕਰਕੇ ਪਹਿਲੋਂ ਇਹ ਮੱਥਾ ਟੇਕਣ ਆਉਂਦੇ ਆ ਖਾਸ ਕਰਕੇ ਇਹ ਆ ਕੇ ਉੱਥੇ ਮੱਥਾ ਟੇਕ ਕੇ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਜਾਂਦੇ ਆਂ ਔਰ ਮੁੱਦਤਾਂ ਤੋਂ ਵਿਛੜੇ ਲੋਕ ਜਿਹੜੇ ਆ ਕਰਤਾਰਪੁਰ ਆ ਕੇ ਮਿਲ ਜਾਂਦੇ ਆ ਜਿੱਚ ਪਾਕਿਸਤਾਨ ਦੇ ਵੀ ਲੋਕ ਨੇ ਕੁਝ ਬੈਠੇ ਮੁਸਲਮਾਨ ਹੋ ਗਏ ਜਿਹੜੇ ਕਨਵਰਟ ਹੋ ਗਏ ਤੇ ਕੁਝ ਜਿਹੜੇ ਇੰਡੀਆ ਚ ਆ ਕੇ ਪੰਜਾਬ ਚ ਬੈਠੇ ਆ ਬਹੁਤ ਪਰਿਵਾਰ ਜਿਹੜੇ ਆ ਕਰਤਾਰਪੁਰ ਸਾਹਿਬ ਆ ਕੇ ਮਿਲ ਜਾਂਦੇ ਆ ਔਰ ਬਹੁਤ ਵੱਡੀ ਇਤਫਾਕ ਦੀ ਗੱਲ ਹੈ ਕਿ ਹੁਣ ਇਹਨਾਂ ਨੂੰ ਇਹ ਈ ਵੀਜ਼ਾ ਤਾਂ ਗਿਆ ਮਿਲ ਹੁਣ ਉਹਨਾਂ ਨੇ ਉੱਥੋਂ ਵੀ ਹੀਰਾ ਕਤਨੀਆਂ ਪੰਜਾਬ ਲਈ ਔਰ ਪੰਜਾਬ ਵਿੱਚ ਫਿਰ ਰੌਣਕ ਆਉਣਗੀਆਂ ਫਿਰ ਸਾਡਾ ਜਿਹੜਾ ਬਾਜ਼ਾਰ ਨੇ ਉਹਨਾਂ ਚ ਗਹਿਮਗਮੀ ਹੋਊਗੀ ਔਰ ਰਣਕ ਬਾਜ਼ਾਰ ਜਿਹੜਾ ਹੈ ਉਹਦੇ ਵਿੱਚ ਗਹਿਮਗਮੀ ਹੋ ਜੂ ਹੁਣ ਵੀ ਤਾਂ ਸੇ ਲੰਗੋ ਤੇਲੰਗਣਾ ਔਖਾ ਹੋ ਰਿਹਾ ਔਰ ਆਉਣ ਵਾਲੇ ਸਮੇਂ ਚ ਹੋਰ ਹੋ ਜੂ ਅਜੇ ਮੌਸਮ ਠੀਕ ਆ ਖੀਰੀ ਦੋ ਫਰੋਕਾ ਦਾ ਮੌਸਮ ਹੈਗਾ ਔਰ ਜਿਹੜੀ ਚੀਜ਼ਾਂ ਸੀ ਖਾਣੇ ਜਾਂ ਪੀਣੇ ਜਾਂ ਰਹਿਣੇ ਆ ਉਹ ਫ੍ਰਿਜ ਚ ਰੱਖਣ ਦੀ ਲੋੜ ਨਹੀਂ ਉਹਨਾਂ ਨੂੰ ਕੁਛ ਨਹੀਂ ਦਦਾ ਬਾਹਰ ਵੀ ਖਾ ਸਕਦੇ ਆ ਮਠਿਆਈਆਂ ਵਾ ਜਲੇਬੀਆਂ ਪਕੌੜੇ ਜਿ ਮਰਜੀ ਖਾ ਜੀ ਜੀ ਔਰ ਤੁਸੀਂ ਆਪਣੇ ਦਰਸ਼ਕਾਂ ਨਾਲ ਗੱਲ ਕੀਤੀ ਕਿ ਰਣਕ ਬਾਜ਼ਾਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਵੇਂ ਲਾਹੌਰ ਦੇ ਵਿੱਚ ਹੈਗਾ ਨਾ ਅਨਾਰਕਲੀ ਬਾਜ਼ਾਰ ਉਹ ਮੈਂ ਜਲੰਧਰ ਦੇ ਵਿੱਚ ਹੈ ਰੈਣਕ ਬਾਜ਼ਾਰ ਔਰ ਅਸੀਂ ਕਈ ਵਾਰ ਰੈਣਕ ਬਾਜ਼ਾਰ ਨੂੰ ਰੌਣਕ ਬਾਜ਼ਾਰ ਵੀ ਕਹਿ ਦਿੰਦੇ ਆ ਕਿਉਂਕਿ ਉੱਤੇ ਰੌਣਕਾਂ ਲੰਗੀਆਂ ਰਹਿੰਦੀਆਂ ਨੇ ਔਰ ਦਿਨ ਵੇਲੇ ਕਈ ਵਾਰ ਪੈਦਲ ਤੁਰਨਾ ਵੀ ਮੁਸ਼ਕਲ ਹੋਇਆ ਹੁੰਦਾ ਐਨੀ ਭੀੜ ਹੁੰਦੀ ਐ ਗੱਡੀਆਂ ਦੀ ਤਾਂ ਗੱਲ ਹੀ ਛੱਡੋ ਗੱਡੀਆਂ ਤੇ ਉੱਤੇ ਵੜਦੀਆਂ ਹੀ ਨਹੀਂ ਕਿਤੇ ਕਿਤੇ ਮੋਟਰਸਾਈਕਲ ਭਾਵੇਂ ਵੜ ਜਾਣ ਕਈ ਵਾਰ ਉਹ ਵੀ ਨਹੀਂ ਵੜਦੇ ਪੈਦਲ ਹੀ ਤੁਰੇ ਜਾਂਦੇ ਔਰ ਪੈਦਲ ਵੀ ਇੱਕ ਦੂਜੇ ਨਾਲ ਖੰਦੇ ਹੋਏ ਲੋਕ ਲੰਘਦੇ ਨੇ ਇੰਨੀ ਢੀੜ ਹੁੰਦੀ ਇੰਨੀ ਰੌਣਕ ਪਈ ਆ ਹਰ ਪਾਸੇ ਜਲੰਧਰ ਬਟ ਨਵੇਂ ਸੂਟ ਲੈਣ ਲਈ ਲੋਕ ਜਾਂਦੇ ਆ ਹੁਣ ਗਰਮੀ ਤਾਂ ਨਿਕਲ ਗਈ ਆ ਤੇ ਸਰਦੀ ਤੇ ਗਰਮ ਕੱਪੜੇ ਆ ਔਰ ਤੁਸੀਂ ਦੇਖੋ ਚੌਂਕ ਭਰੇ ਪਏ ਦੁਕਾਨਾਂ ਭਰੀਆਂ ਪਈਆਂ ਔਰ ਖਾਸ ਕਰਕੇ ਸਟ੍ਰੀਟ ਫੂਡ ਜਿਹੜਾ ਪਸੰਦ ਕਰਦੇ ਨੇ ਬਾਹਰ ਦੇ ਲੋਕ ਕਿਤੇ ਕੁਲਫੀਆਂ ਕਿਤੇ ਪਕੌੜੇ ਕਿਤੇ ਪਤੌੜ ਕਿਤੇ ਜੂਸ ਵਿਕਦੇ ਪੈਣੇ ਦੇਸੀ ਜੂਸ ਜਿਹੜੇ ਆਯੁਰਵੇਦ ਵਾਲੇ ਜੂਸ ਹੁੰਦੇ ਨੇ ਉਹ ਵਿਕਦੇ ਪੈਣੇ ਜਿਹਨੂੰ ਆਪਾਂ ਸ਼ਰਬਤ ਕਹਿੰਦੇ ਆ ਉਹ ਸਰਦੀ ਚ ਵੀ ਲੋਕ ਪੀ ਲੈਂਦੇ ਨੇ ਪਰ ਇਹੀ ਗੱਲ ਕਰਨਾ ਚਾਹੁੰਦੇ ਆ ਕਿ ਇਹਦੇ ਵਿੱਚ ਸਾਰੇ ਲੋਕਲ ਜਲੰਧਰ ਦੇ ਲੋਕ ਨਹੀਂ ਜਾਂ ਜਾਂ ਨਾਲ ਇਹ ਕੁ ਤਾਂ ਤੋਂ ਆ ਰਹੇ ਆ ਜਾਂ ਜਿਹੜੇ ਐਨ ਆਰ ਆਈ ਵੀਰ ਨੇ ਉਹ ਆ ਜਿਹੜੇ ਇੱਥੇ ਬੈਠੇ ਆ ਔਰ ਜਿਹੜੇ ਆਏ ਪਾਕਿਸਤਾਨ ਵਿੱਚੋਂ ਉਹ ਇੱਥੋਂ ਪਗੜੀਆਂ ਖਰੀਦ ਕੇ ਲੈ ਕੇ ਜਾਂਦੇ ਆ ਔਰ ਤਾਂ ਚੁੰਨੀਆਂ ਲੈ ਕੇ ਜਾਂਦੀਆਂ ਸ਼ਾਲ ਲੈ ਕੇ ਜਾਂਦੇ ਇੱਥੋਂ ਸ਼ੂਜ਼ ਖਰੀਦਦੇ ਆ ਹਨਾ ਸਲਵਾਰਾਂ ਕੁਰਤੇ ਖਰੀਦਦੇ ਆ ਸੋਹਣੇ ਸੋਹਣੇ ਸੂਟ ਕਢਾਈ ਵਾਲੇ ਸੂਟ ਹਨਾ ਉਹਦੇ ਚ ਟਾਕੇ ਦੀ ਮਰਮਲ ਖਰੀਦਦੇ ਆ ਕਈ ਚੀਜ਼ਾਂ ਇੱਥੋਂ ਮਿਲਦੀਆਂ ਸਾਰੀਆਂ ਜੋ ਪਾਕਿਸਤਾਨ ਦਾ ਤੁਸੀਂ ਜ਼ਿਕਰ ਕੀਤਾ ਨਾਰਕਲੀ ਬਾਜ਼ਾਰ ਦਾ ਸੇਮ ਉਸੇ ਤਰ੍ਹਾਂ ਦਾ ਜਲੰਧਰ ਬਾਜ਼ਾਰ ਆ ਔਰ ਇਹਦੇ ਵਿੱਚ ਲੋਕ ਆ ਕੇ ਪੂਰੀ ਦੀ ਪੂਰੀਆਂ ਗੱਡੀਆਂ ਲੱਦ ਕੇ ਲੈ ਕੇ ਜਾਂਦੇ ਕਪੜੇ ਦੀਆਂ ਫਿਰ ਇਹ ਤੋਂ ਸਮਝ ਦਿੰਦੇ ਆ ਸਿੱਤੇ ਚੰਕਾ ਪੰਜਾਬੀ ਜੁੱਤੀ ਫਿਰ ਪੰਜਾਬੀ ਜੁੱਤੀ ਫਿਰ ਬੜਾ ਕੁਛ ਇੱਥੇ ਹੈਗਾ ਦੇਸੀ ਜੁੱਤੀ ਪੰਜਾਬ ਦੀ ਖੁੱਸੇ ਬੜਾ ਕੁਛ ਮਿਲਦਾ ਔਰ ਪੰਜਾਬ ਦਾ ਪੰਜਾਬ ਹੀ ਜੋ ਪੈਣ ਲਈ ਖਾਣ ਲਈ ਔਰ ਰਣਕ ਬਾਜ਼ਾਰ ਦਾ ਇੱਕ ਉਹ ਵੀ ਯਾਦ ਹੈ ਜਿੱਥੇ ਕੜੀ ਵਾਲਾ ਚੌਕ ਬੋਲਦੇ ਨੇ ਉੱਥੇ ਕੜੀ ਕਈ ਕਿਸਮ ਦੀ ਹੈ ਹਾਂ ਔਰ ਨਾਲ ਚੌਲ ਮਿਲਦੇ ਨੇ ਹਾਂ ਔਰ ਉਹ ਵੀ ਬਹੁਤ ਪੁਰਾਣਾ ਹੈ ਬਿਲਕੁਲ ਔਰ ਕਈ ਨਿੱਕੇ ਨਿੱਕੇ ਦੁਕਾਨਾ ਉੱਥੋਂ ਤੱਕ ਖੋਇਆ ਬਰਫੀ ਇਹ ਪੁਰਾਣੇ ਲੋਕ ਇਹ ਬੜੇ ਮਸ਼ਹੂਰ ਨੇ ਕਿਉਂਕਿ ਸਾਰੀ ਪਿਓਰਿਟੀ ਹਜੇ ਵੀ ਉਹਨਾਂ ਨੇ ਰੱਖੀ ਹੋਈ ਹੈ ਉਹੀ ਲੈਵਲ ਮੇਨਟੇਨ ਕੀਤਾ ਹੈ ਕਈ ਉੱਥੇ ਦੁਕਾਨਾਂ ਨੇ 70 80 ਸਾਲ 90 ਸਾਲ ਪੁਰਾਣੀਆਂ ਨੇ ਪਾਕਿਸਤਾਨ ਬਣਨ ਤੋਂ ਪਹਿਲੋਂ ਦੀ ਯੈਸ ਸੋ ਵੀ ਸਭ ਚੀਜ਼ਾਂ ਉੱਥੇ ਮੌਜੂਦ ਨੇ ਸੋ ਆਓ ਜੀ ਤੁਸੀਂ ਵੀ ਪੰਜਾਬ ਦੀਆ ਦੇਖੋ ਪੰਜਾਬ ਦੇ ਰਣਕ ਪੰਜਾਬ ਜਲੰਧਰ ਦੇ ਰਣਕ ਬਾਜ਼ਾਰ ਦੀਆਂ ਰੌਣਕਾਂ ਦੇਖੋ ਖਾਓ ਪੀਓ ਇਸ ਤੋਂ ਪਹਿਲਾਂ ਕਿ ਪਕੌੜੇ ਠੰਡੇ ਹੋ ਜਾਣ ਫਟਾਫਟ ਫਲਾਈਟ ਵੱਡ ਕੇ ਆ ਜਾਓ ਬਿਲਕੁਲ ਟਾਈਮ ਵੀ ਹੋ ਗਿਆ ਸੋ ਹਾਂ ਆਪਾਂ ਚੱਲਦੇ ਆਂ ਜੀ ਔਰ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਸਾਡਾ ਚੈਨਲ ਪੰਜਾਬ ਮੇਲ ਯੂਐਸਏ ਟੀਵੀ ਸਬਸਕ੍ਰਾਈਬ ਕਰੋ ਚਲੋ ਜੀ ਫਿਰ ਪਕੌੜੇ ਠੰਡੇ ਹੋਣ ਤੋਂ ਪਹਿਲਾਂ ਪਹੁੰਚਣਾ ਆਓ ਜੀ ਖਾਈਏ ਸਤਿ ਸ੍ਰੀ ਅਕਾਲ